ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵੈਲਕਮ ਟੂ ਦੀ ਸਪਿਰਚੁਅਲ ਜਰਨੀ ਦਰਸ਼ਨ ਸਾਗਰ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਐਂਡ ਵੈਲਕਮ ਆਸਾ ਕਿ ਆਪ ਸਭ ਠੀਕ ਠਾਕ ਹੋਗੇ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਸਦਕੇ ਐਂਡ ਆਸਾ ਕਿ ਤੁਸੀਂ ਆਪ ਸਭ ਨੇ 16 ਫਰਵਰੀ ਦਾਸ ਧਰਮ ਦੇ ਦਿਵਸ ਤੇ ਕਿ ਤਨਾ ਕਿਤੇ ਗੁਰੂ ਦਰਬਾਰ ਚ ਆਪਣੀ ਹਾਜ਼ਰੀ ਜ਼ਰੂਰ ਲਗਾਈ ਹੋਵੇਗੀ ਜਿੱਥੇ ਵੀ ਮੌਕਾ ਮਿਲੇ ਜਿਹੜਾ ਵੀ ਨਜ਼ਦੀਕ ਪਵੇ ਉੱਥੇ ਆਪਣੀ ਹਾਜ਼ਰੀ ਜ਼ਰੂਰ ਲਗਾਓ ਔਰ ਉਹ ਕਬੂਲ ਹੋਏਗੀ ਜਦੋਂ ਦਿਲ ਤੋਂ ਕੀਤੀ ਅਰਦਾਸ ਜਿਸ ਤਰ੍ਹਾਂ ਮਾਰਾ ਕਹਿ ਕਰਦੇ ਸੀਗੇ ਕਿ ਕੁੰਡ ਕੱਢ ਲੈਣਾ ਹੀ ਕੀ ਕਹਿੰਦੇ ਆ ਕਿ ਤੁਹਾਡਾ ਫਰਜ਼ ਪੂਰਾ ਨਹੀਂ ਹੋ ਜਾਂਦਾ ਕੁੰਡ ਕੱਢ ਕੇ ਅਗਰ ਤੁਸੀਂ ਕਿਸੇ ਦੀ ਇੱਜ਼ਤ ਨਹੀਂ ਕੀਤੀ ਤੇ ਕੌਂਡ ਕੱਢਣ ਦਾ ਫਾਇਦਾ ਨਹੀਂ ਉਹਦੇ ਨਾਲ ਕੌਂਡ ਲਾ ਦੇਣਾ ਚਾਹੀਦਾ ਸਿਰ ਕਜਿੰਦਾ ਫਾਇਦਾ ਨਹੀਂ ਜੇ ਤੁਹਾਡੇ ਅੰਦਰੋਂ ਸਿਰ ਨਹੀਂ ਕਜਿਆ ਹੋਇਆ ਕਹਿੰਦਾ ਭਾਵਕ ਮਹਾਰਾਜ ਕਹਿੰਦੇ ਜੋ ਕੁਝ ਕਰਨਾ ਦਿਲੋਂ ਕਰੋ ਉਹ ਤੁਹਾਡੇ ਦਿਲ 'ਚ ਹੋਣਾ ਚਾਹੀਦਾ ਬਾਹਰ ਦਾ ਦਿਖਾਵਾ ਨਾ ਕਰੋ ਚਿੱਟੀ ਵਰਦੀ ਮਹਾਰਾਜ ਨੇ ਤਾਣ ਦਿੱਤੀ ਕਿ ਮਹਾਰਾਜ ਕਹਿੰਦੇ ਹੁੰਦੇ ਸੀ ਕਿ ਜਿੰਦਿਆਂ ਜੀ ਇਹ ਸਿਰ ਤੇ ਆਪਣੇ ਬਾਡੀ ਤੇ ਕਫਨ ਕਿ ਲੋਕੀ ਮੋਤੋ ਡਰਦੇ ਆ ਤੇ ਜਿੰਨੇ ਮੋਤ ਨੂੰ ਗਲੇ ਲਗਾ ਲਿਆ ਹੋਵੇ ਉਹਨੂੰ ਕਾਹਦਾ ਡਰ ਫਿਰ ਦੂਸਰਾ ਕਹਿੰਦੇ ਨੇ ਕਿ ਚਿੱਟੇ ਕੱਪੜੇ ਤੇ ਜਿਹੜੇ ਦਾਗ ਆ ਉਹ ਜਲਦੀ ਨਜ਼ਰ ਆ ਜਾਂਦੇ ਆ ਤੇ ਆਦਮੀ ਨੂੰ ਪਤਾ ਲੱਗ ਜਾਂਦਾ ਕਿ ਵੀ ਗੰਦਾ ਹੋ ਗਿਆ ਜਾਂ ਮੇਰੇ ਕੱਪੜੇ ਗੰਦੇ ਹੋ ਗਏ ਤੇ ਜਿਹੜੇ ਕਲਰ ਆ ਉਹਨਾਂ ਤੇ ਦਾਗ ਜਿਹੜਾ ਛੇਤੀ ਕੀਤੇ ਆ ਨਹੀਂ ਦਿਖਦਾ ਤੇ ਇਸ ਲਈ ਮਹਾਰਾਜ ਜੀ ਕਹਿੰਦੇ ਸੀ ਕਿ ਅਸੀਂ ਜੋ ਚਿੱਟਾ ਪਾਉਂਦੇ ਆ ਪਤਾ ਕਿ ਸਾਡੇ ਸਰੀਰ ਤੇ ਸਾਡੇ ਵਤਨ ਤੇ ਅਗਰ ਕੋਈ ਕਾ ਦਾਗ ਦਾਗ ਮੀਨਸ ਉਦਾਂ ਦਾ ਦਾਗ ਨਹੀਂ ਦਾਗ ਮੀਨਸ ਕਿ ਜਿਹੜੇ ਅਸੀਂ ਉਦਾਂ ਦੇ ਕੋ ਕੰਮ ਕਰੀਏ ਜਾਂ ਮਾੜੇ ਕੰਮ ਕਰੀਏ ਉਹਦਾ ਪਤਾ ਲੱਗ ਜਾਵੇ ਸਾਨੂੰ ਸਵਾਲ ਕਾਫੀ ਆਏ ਨੇ ਆਪ ਜੀ ਲੋਕਾਂ ਦੇ ਕਾਫੀ ਜਣੇ ਨੇ ਸਵਾਲ ਪੁੱਛੇ ਨੇ ਤੇ ਮੈਂ ਵਾਰੀ ਵਾਰੀ ਕਰਕੇ ਜਿੱਦਾਂ ਮੈਂ ਕਿਹਾ ਮੈਂ ਜ਼ਰੂਰ ਉੱਤੇ ਜਿੰਨੀ ਮੇਰੀ ਨੌਲੇਜ ਹੈਗੀ ਹੈ ਮਹਾਰਾਜ ਦੀ ਰਹਿਮਤ ਦੇ ਨਾਲ ਜੋ ਉਹਨਾਂ ਮੈਨੂੰ ਬਖਸ਼ਿਸ਼ ਕੀਤੀ ਹੈ ਉਹਦੇ ਨਾਲ ਜ਼ਰੂਰ ਮੈਂ ਆਪਣਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਅੱਜ ਆਪਾਂ ਮਹਾਰਾਜ ਦਰਸ਼ਨ ਦਾਸ ਜੀ ਦੀ ਜੋ ਇੰਗਲੈਂਡ ਦੇ ਵਿੱਚ 3 ਸਾਲ ਸੀਗੇ ਉਹਦਾ ਕਿ ਕਿਸ ਤਰ੍ਹਾਂ ਹੋਇਆ ਕੋਈ ਕਿਸੇ ਨੇ ਪੁੱਛਿਆ ਸੀ ਕਿ ਮਹਾਰਾਜ ਜੀ ਜਦੋਂ ਇੰਗਲੈਂਡ ਰਹਿੰਦੇ ਸੀ ਤਾਂ ਮਹਾਰਾਜ ਜੀ ਕੀ ਕਰਦੇ ਸੀ ਮਹਾਰਾਜ ਦਾ ਟਾਈਮ ਕਿਦਾਂ ਪਾਸ ਹੁੰਦਾ ਸੀ ਮਹਾਰਾਜ ਕਿਹੜੀਆਂ ਐਕਟੀਵਿਟੀ ਕਰਦੇ ਸੀਗੇ ਸੋ 3 ਸਾਲਾਂ ਚ ਹਯੂਰ ਮਹਾਰਾਜੀ ਨੇ ਇੰਨਾ ਵੱਡਾ ਮਿਸ਼ਨ ਕਿਸ ਤਰ੍ਹਾਂ ਫੌਰਨ ਦੇ ਵਿੱਚ ਖੜਾ ਕਰ ਦਿੱਤਾ ਸੋ ਸਵਾਲ ਉਹਦੇ ਚ ਕਿੰਨੇ ਜ਼ਿਆਦਾ ਉਹਨੇ ਪੁੱਛੇ ਨੇ ਤੇ ਮੈਂ ਤੁਹਾਨੂੰ ਅੱਜ ਉਹਨੇ ਕਿ ਸਵਾਲ ਜਰੂਰ ਦੱਸਾਂਗਾ ਕਿ ਜਿਹੜੀਆਂ ਚੀਜ਼ਾਂ ਮੈਂ ਆਪਣੇ ਅੱਖੀ ਦੇਖੀਆਂ ਜਾਂ ਮੇਰੇ ਇੱਥੇ ਹੋਈਆਂ ਕਿਉਂਕਿ ਮੈਂ ਲਾਸਟ 2 ਸਾਲ ਮਹਾਰਾਜ ਜੀ ਦੇ ਜਾਨ ਤੋਂ ਲਾਸ ਦਿਨ ਤੱਕ 2 ਸਾਲ ਉਹਨਾਂ ਦੇ ਨਾਲ ਮੈਨੂੰ ਰਹਿਣ ਦਾ ਮੌਕਾ ਮਿਲਿਆ ਉਹਨਾਂ ਨੇ ਕਿਰਪਾ ਕੀਤੀ ਤੇ ਉਹਨਾਂ ਦੇ ਨਾਲ ਰਹਿਣ ਦਾ ਮੌਕਾ ਮਿਲਿਆ ਤੇ ਉਹ ਹੀ ਚੀਜ਼ਾਂ ਮੈਂ ਦੱਸ ਸਕਦਾ ਜੋ ਮੈਂ ਦੇਖੀਆਂ ਦੂਸਰਾ ਮੇਰੇ ਮਿਸਿਸ ਕਵਲ ਰਾਜ ਉਹ ਕਿਉਂਕਿ ਉਹ ਮਹਾਰਾਜੀ ਦੇ ਆਫਿਸ ਕੰਮ ਕਰਿਆ ਕਰਦੀ ਸੀ ਸਵੇਰ ਤੋਂ ਉਹਨਾਂ ਦੀ ਡਿਊਟੀ ਉੱਥੇ ਹੁੰਦੀ ਸੀ ਤੇ ਮੈਂ ਮਹਾਰਾਜੀ ਦੇ ਨਾਲ ਜੋ ਵੀ ਉਹਨਾਂ ਦਾ ਛੋਟਾ ਮੋਟਾ ਕੰਮ ਤੇ ਡੇਰੇ ਤੇ satsanga ਦੇ ਨਾਲ ਜਾਣਾ ਮਹਾਰਾਜ ਜੀ ਦਾ ਸ਼ੰਦਾਜੀ ਜਦੋਂ ਇੰਗਲੈਂਡ ਦੇ ਵਿੱਚ ਸਨ ਤੇ ਉਹ 190 ਹੈਮਸਟਰ ਰੋਡ ਬੰਬਰਾ ਫੈਮਿਲੀ ਜਸਵਾਲ ਪੱਲੀ ਪਾਜੀ ਜਿਨ੍ਹਾਂ ਨੂੰ ਪਿਆਰ ਨਾਲ ਕਹਿੰਦੇ ਨੇ ਤੇ ਪੱਪੀ ਪੂਆਜੀ ਜਿਨ੍ਹਾਂ ਨੂੰ ਮਹਾਰਾਜ ਜੀ ਆਪਣੀ ਭੈਣ ਦਾ ਦਰਜਾ ਦਿੱਤਾ ਤੇ ਸਾਰੇ ਹੀ ਉਹਨਾਂ ਨੂੰ ਪੂਆਜੀ ਦੇ ਨਾਮ ਨਾਲ ਪੁਕਾਰਦੇ ਸੀ ਉੱਥੇ ਰਿਹਾ ਕਰਦੇ ਸੀ ਉੱਥੇ ਮਹਾਰਾਜ ਜੀ ਦਾ ਇੱਕ ਬੈੱਡਰੂਮ ਸੀਗਾ ਜਿੱਥੇ ਮਹਾਰਾਜ ਜੀ ਰਹਿੰਦੇ ਸੀ ਉੱਥੇ ਟੀਵੀ ਲੱਗਿਆ ਸੀ ਸਭ ਕੁਝ ਉੱਥੇ ਹੀ ਸੀਗਾ ਮਹਾਰਾਜ ਜੀ ਸਵੇਰੇ ਆਪਣਾ ਉੱਠ ਜਾਂਦੇ ਸੀ 11 12 ਵਜੇ ਦੇ ਕਰੀਬ ਤੇ ਡੇਰੇ ਫੋਨ ਆ ਜਾਂਦਾ ਸੀਗਾ ਤੇ ਦਾਸ ਡੇਰੇ ਇਨਕੁਆਰੀ ਦੀ ਵੀ ਡਿਊਟੀ ਕਰਦਾ ਸੀ ਸਟੋਰ ਦੀ ਵੀ ਡਿਊਟੀ ਕਰਦਾ ਸੀ ਤੇ ਫਿਰ ਮਹਾਰਾਜ ਦੇ ਨਾਲ ਬਾਦ ਕੀਰਤਨ ਸਾਸਨ ਕਾਤੇ ਜਾਣਾ ਤੇ ਜਦੋਂ ਮਹਾਰਾਜ ਉੱਠ ਜਾਂਦੇ ਸੀ ਤਾਂ ਫੋਨ ਕਰਦੇ ਹੁੰਦੇ ਸੀ ਕਿ ਆ ਜਾ ਵੀ ਮੈਂ ਚਾ ਕੇ ਆ ਤੇ ਮੈਂ ਚਲਾ ਜਾਂਦਾ ਸੀ ਤੇ ਮਹਾਰਾਜ ਜੀ ਨੂੰ ਵਰਜਿਸ਼ ਕਰਨ ਦਾ ਸ਼ੌਂਕ ਸੀਗਾ ਤੇ ਸਰੀਰ ਤੇ ਤੇਲ ਜਾਂ ਮਾਲਿਸ਼ ਕੁਸ਼ ਕਰਨ ਦਾ ਬਹੁਤ ਸ਼ੌਂਕ ਸੀਗਾ ਉਹ ਕਹਿੰਦੇ ਸੀ ਅਗਰ ਆਪ ਜੀ ਦੀ ਸਿਹਤ ਨਰੋਈ ਹੈ ਅਗਰ ਆਪ ਜੀ ਦੀ ਸਿਹਤ ਤੰਦਰੁਸਤ ਹੈ ਤੇ ਆਪ ਹਰ ਚੀਜ਼ ਹੱਸ ਕੇ ਕਰ ਸਕਦੇ ਹੋ ਸਿਮਰਨ ਕਰ ਸਕਦੇ ਹੋ ਸੇਵਾ ਕਰ ਸਕਦੇ ਹੋ ਨਾਮ ਜਪ ਸਕਦੇ ਹੋ ਅਗਰ ਆਪ ਦਾ ਸਰੀਰ ਜਾਂ ਆਪ ਦਾ ਸਾਥ ਨਹੀਂ ਦੇ ਰਿਹਾ ਤੇ ਫਿਰ ਪ੍ਰੋਬਲਮ ਹੋਏ ਕਿ ਇਸ ਲਈ ਸੇਤੂ ਨੂੰ ਉਹ ਕਹਿੰਦੇ ਸੀ ਕਿ ਜਰੂਰ ਆਪ ਧਿਆਨ ਰੱਖੋ ਔਰ ਥੋੜਾ ਬੋਤਾ ਐਕਸਰਸਾਈਜ਼ ਰੋਜ਼ ਕਰੋ ਇਹ ਮਹਾਰਾਜੀ ਕਰਦੇ ਸੀਗੇ ਉਸ ਤੋਂ ਬਾਅਦ ਕਰਨ ਤੋਂ ਬਾਅਦ ਅਯੁਰ ਅਸ਼ਨਾਣ ਕਰਦੇ ਸੀ ਅਸ਼ਨਾਣ ਕਰਕੇ ਉਹਨਾਂ ਦੇ ਬੈੱਡਰੂਮ ਦੇ ਸਾਹਮਣੇ ਹੀ ਉਹਨਾਂ ਦਾ ਬਾਥਰੂਮ ਸੀ ਜਦੋਂ ਸ਼ਨਾਣ ਕਰਕੇ ਆਉਂਦੇ ਸੀ ਤੇ ਅਸੀਂ ਲੋਕੀ ਉੱਥੇ ਬੈਠੇ ਹੁੰਦੇ ਸੀ ਸੋ ਉਹਨਾਂ ਦੀ ਜ਼ਿੰਦਗੀ ਦੇਖੋ ਕਿੰਨੀ ਸਿੱਧੀ ਸਾਦਗੀ ਸੀਗੀ ਜਦੋਂ ਸੁੰਦੇ ਵੀ ਸੀ ਉਦੋਂ ਵੀ ਕੋਈ ਨਾ ਕੋਈ ਉੱਥੇ ਹੁੰਦਾ ਸੀ ਜਦੋਂ ਬਾਥਰੂਮ 'ਚ ਜਾਣਾ ਮੇਰੇ ਵਰਗੇ ਨੂੰ ਮੌਕਾ ਮਿਲ ਜਾਂਦਾ ਸੀ ਨਾਲ ਮਹਾਰਾਜ ਜੀ ਸਰੀਰ ਤੇ ਸਾਬਣ ਨਹੀਂ ਲਾਇਆ ਕਰਦੇ ਸੀ ਮਹਾਰਾਜ ਜੀ ਸਰੀਰ ਤੇ ਆਪਣਾ ਕੀ ਕਹਿੰਦੇ ਨੂੰ ਛੋਲੇ ਆ ਕੀ ਕਹਿੰਦੇ ਜਿਹੜੇ ਛੋਲੇ ਦੀ ਹੁੰਦੀ ਹੈ ਆਟਾ ਉਹਦੇ ਨਾਲ ਉਹ ਨਾਲ ਮਲਿਆ ਕਰਦੇ ਸੀ ਤੇ ਦਾਸ ਨੂੰ ਮੌਕਾ ਮਿਲਦਾ ਸੀ ਉਹ ਮਲਨ ਦਾ ਤੇ ਸਿਰ ਚ ਵੀ ਉਹ ਬਹੁਤ ਘੱਟ ਸ਼ੈਂਪੂ ਜਾਂ ਸਾਬਣ ਯੂਜ਼ ਕਰਦੇ ਸੀ ਦਹੀਂ ਪਾਉਂਦੇ ਹੁੰਦੇ ਸੀ ਜਦੋਂ ਧੁੰਦੇ ਹੁੰਦੇ ਸੀ ਹਰ ਰੋਜ਼ ਉਹ ਕੇਸ ਧੁੰਦੇ ਸੀ ਤੇ ਜਦੋਂ ਮਹਾਰਾਜ ਜੀ ਨਹਾ ਕੇ ਆਉਂਦੇ ਸੀ ਤੇ ਦੋ ਚਾਰ ਸਾਡੇ ਵਰਗੇ ਬੈਡਰੂਮ ਚ ਬੈਠੇ ਹੁੰਦੇ ਸੀਗੇ ਤੇ ਮਹਾਰਾਜ ਜੀ ਨੂੰ ਇਹ ਮੌਕਾ ਨਹੀਂ ਮਿਲਦਾ ਸੀ ਕਿ ਉਹ ਕੱਲਿਆਂ ਤਿਆਰ ਹੋ ਸਕਣ ਤੇ ਅਸੀਂ ਉੱਥੇ ਬੈਠੇ ਹੋਣਾ ਉਹਨਾਂ ਨੂੰ ਦੇਖਦੇ ਰਹਿਣਾ ਉਹਨਾਂ ਨੇ ਸਾਡੇ ਸਾਹਮਣੇ ਹੀ ਕੱਪੜੇ ਜਿੱਦਾਂ ਚੇਂਜ ਕਰਦੇ ਨੇ ਲਾਚੇ ਦੇ ਵਿੱਚੋਂ ਦੀ কুরਤਾ ਪਾਣਾ ਫੇ ਆਪਣੇ ਵਾਲ ਸੁਆਨੇ ਵਾਣੇ ਦਾੜੀ ਸਵਾਰਨੀ ਸੇਕੰਦਫ਼ਾ ਮੇਰਾ ਇਹ ਹੈ ਕਿ ਦੇਖੋ ਅਸੀਂ ਜਦੋਂ ਕਦੀ ਤਿਆਰ ਹੁੰਨੇ ਕਦੀ ਏਸ ਰੂਮ ਸਿੱਕੇ ਦੀ ਉਹਸ ਰੂਮ ਸਿੱਕੇ ਕੱਲੇ ਆ ਕਿ ਕੋਈ ਦੇਖੇ ਨਾ ਪਰ ਉਹ ਦੁਨੀਆ ਦੇ ਵਾਲੀ ਰੱਬ ਹੁੰਦੇ ਹੋਏ ਵੀ ਉਹਨਾਂ ਕੋ ਆਪਣਾ ਇੱਕ ਵੀ ਮਿੰਟ ਇਹੋ ਜਿਹਾ ਨਹੀਂ ਸੀ ਜਦੋਂ ਉਹ ਕੱਲੇ ਹੋਣ ਸਜਦੋ ਮਹਾਰਾਜ ਜੀ ਤਿਆਰ ਹੁੰਦੇ ਸੀ ਤੇ ਉਸ ਤੋਂ ਬਾਅਦ ਪੱਲੀ ਪਾਜੀ ਤੇ ਡੈਡੀ ਜੀ ਜਿਨ੍ਹਾਂ ਨੂੰ ਡੈਡੀ ਜੀ ਕਹਾ ਕਰਦੇ ਸੀ ਉਹ ਰੋਜ਼ ਆਪਣਾ ਦਰਬਾਰ ਸਾਹਿਬ ਉਹਨਾਂ ਨੇ ਸਭ ਤੋਂ ਉੱਪਰ ਰੱਖਿਆ ਹੁੰਦਾ ਸੀ ਉਹ ਜੋ ਹੁਕਮਨਾਮਾ ਉਹ ਕੱਢ ਕੇ ਜੋ ਆਂਦਾ ਸੀ ਉਹਨੂੰ ਲਿਖਦੇ ਸੀ ਲਿਖ ਕੇ ਫਿਰ ਪਰਚੀ ਲੈ ਕੇ ਥੱਲੇ ਆਂਦੇ ਹੁੰਦੇ ਸੀ ਰੂਮ 'ਚ ਉਹਨਾਂ ਨੂੰ ਟਾਈਮਿੰਗ ਪਤਾ ਸੀ ਕਿ ਮਹਾਰਾਜ ਜੀ ਹੁਣ ਆ ਗਏ ਹੈ ਜਦੋਂ ਆਣਾ ਤੇ ਉਹਨਾਂ ਪਰਚੀ ਖੋਲ ਕੇ ਤੇ ਮਹਾਰਾਜ ਜੀ ਨੂੰ ਦੱਸਣਾ ਕਿ ਮਹਾਰਾਜ ਜੀ ਅੱਜ ਆ ਵਾਕ ਨਿਕਲਿਆ ਤੇ ਇਹਦਾ ਮੈਨੂੰ ਅਰਥ ਕਰਕੇ ਦੋ ਹਯੂਰ ਮਹਾਰਾਜ ਜੀ ਨੇ ਜੋ ਵਾਕ ਨਿਕਲੇ ਹੁੰਦਾ ਸੀਗਾ ਸਵੇਰ ਦਾ ਜੋ ਡੈਡੀ ਜੀ ਨੇ ਪੜਿਆ ਹੁੰਦਾ ਸੀ ਉਹਦਾ ਅਰਥ ਕਰਕੇ ਦੱਸਦੇ ਸੀ ਕਿ ਇਹਦਾ मीनिंग ਕੀ ਹੈਗਾ ਉਤੋਂ ਬਾਅਦ ਡੈਡੀ ਜੀ ਚਲੇ ਜਾਂਦੇ ਸੀਗੇ ਮਹਾਰਾਜ ਜੀ ਨੇ ਤਿਆਰ ਹੋਣ ਤੋਂ ਬਾਅਦ ਤਿਆਰ ਜਿੱਦਾਂ ਹੀ ਹੁੰਦੇ ਸੀ ਪਾਣੀ ਦਾ ਗਲਾਸ ਪੀਣਾ ਪਾਣੀ ਦਾ ਗਲਾਸ ਪੀ ਕੇ ਉਤੋਂ ਬਾਅਦ ਚਾਹ ਦਾ ਕੱਪ ਆ ਜਾਂਦਾ ਸੀ ਮਹਾਰਾਜ ਜੀ ਚਾਹ ਪਿੰਦੇ ਸੀ ਤੇ ਚਾਹ ਦੇ ਨਾਲ ਕੁਛ ਨਹੀਂ ਲੈਂਦੇ ਸੀ ਤਿਆਰ ਹੋ ਕੇ ਸਮ ਟਾਈਮ ਕੀ ਹੁੰਦਾ ਸੀ ਕਿ ਮੈਂਡੇਰੀਓ ਕਿਸੇ ਦੀ ਗੱਡੀ ਲੈ ਆਂਦਾ ਸੀ ਤੇ ਉਹਦੇ ਚ ਲੈ ਜਾਣਾ ਅਗਰ ਮਹਾਰਾਜ ਜੀ ਨੇ ਜਲਦੀ ਜਾਣਾ ਤੇ ਕਈ ਵਾਰ ਜਲਦੀ ਤਿਆਰ ਹੋ ਜਾਂਦੇ ਸੀ ਨਹੀਂ ਤੇ ਦਾਸ ਪ੍ਰੀਤਮ ਜੀ ਪ੍ਰੀਤਮ ਪਾਜੀ ਤੇ ਤਰਲੋਚਨ ਜੀ ਦਾਸ ਤਰਲੋਚਨ ਮਾਮੀ ਇਹ ਇਨਾਂ ਚ ਕੋਈ ਨਾ ਕੋਈ ਗੱਡੀ ਲੈ ਕੇ ਆਂਦਾ ਸੀ ਤਾਂ ਮਹਾਰਾਜ ਜੀ ਨੂੰ ਡੇਰੇ ਲੈ ਕੇ ਆਂਦੇ ਸੀ ਤੇ ਜਦੋਂ ਮਹਾਰਾਜ ਜੀ ਨੇ ਜਲਦੀ ਆ ਜਾਣਾ ਹੁੰਦਾ ਸੀ ਉਹਨਾਂ ਦੇ ਟਾਈਮਿੰਗ ਤੋਂ ਪਹਿਲਾਂ ਤੇ ਦਾਸ ਨੂੰ ਮੌਕਾ ਮਿਲ ਜਾਂਦਾ ਸੀ ਕਿ ਉਹਨਾਂ ਨੂੰ ਬਿਠਾ ਕੇ ਡੇਰੇ ਲੈ ਕੇ ਆਣ ਜਦੋਂ ਉਹ ਯੂ ਡੇਰੇ ਆਉਂਦੇ ਸੀ ਤੇ ਗੇਟ ਵੱਢਦੇ ਉਤਰਦੇ ਸੀ ਔਰ ਗੇਟ ਡੇਰੇ ਦੇ ਅੰਦਰ ਵੱਢਦੇ ਸੱਜੇ ਹੱਥ ਨਿਸ਼ਾਨ ਸਾਹਿਬ ਹੈ ਉੱਥੇ ਮੱਥਾ ਟੇਕਦੇ ਹੁੰਦੇ ਸੀ ਫਿਰ ਪ੍ਰਧਾਨ ਜੀ ਸਾਡੇ ਜਿਹਨਾਂ ਨੂੰ ਦੇਵੀ ਚੰਦ ਜੀ ਕਹਿੰਦੇ ਨੇ ਜਿਹੜੇ ਕਿ ਕਹਿੰਦੇ ਕਿ ਵਨ ਆਫ ਦੀ ਮਿਸ਼ਨ ਦੇ ਪਿਲਰ ਉਹਨਾਂ ਨੂੰ ਕਹਿ ਸਕਦੇ ਹੋ ਮਹਾਰਾਜ ਜੀ ਬਹੁਤ ਇੱਜ਼ਤ ਕਰਿਆ ਕਰਦੇ ਸੀ ਉਹਨਾਂ ਦੀ ਔਰ ਸੰਗਤ ਵੀ ਬਹੁਤ ਇੱਜ਼ਤ ਕਰਦੇ ਸੀ ਔਰ ਉਹ ਡੇਰੇ ਚ ਹੀ ਰਿਆ ਕਰਦੇ ਸੀਗੇ ਡੇਰੇ ਹੀ ਸੌਂਦੇ ਸੀ ਸਿਰਫ ਸਵੇਰੇ ਆਪਣੇ ਘਰ ਨਾਂ ਜਾਣਾ ਅੱਧਾ ਘੰਟਾ ਪੌਣਾ ਘੰਟਾ ਜੋ ਵੀ ਆ ਕੱਪੜੇ ਪਾ ਕੇ ਵਾਪਸ ਆ ਜਣਾ ਬਾਕੀ ਡੇਰੇ ਹੀ ਰਹਿਣਾ ਉਹਨਾਂ ਨੇ ਮਿਲਣਾ ਉਹਨਾਂ ਨੂੰ ਹੈਲੋ ਹਾਈ ਕਰਕੇ ਫਿਰ ਮਹਾਰਾਜ ਜੀ satsang hall ਦੇ ਬਿਲਕੁਲ ਆਪੋਜੀਟ ਅਗਰ ਆਪ ਜੀ ਕਦੀ 11:00 ਛੇ ਡੇਰੇ ਨਹੀਂ ਆਏ ਦੂਸਰੇ ਪਾਸੇ ਆਫਿਸ ਹੈ ਉੱਤੇ ਆਫਿਸ ਉੱਪਰ ਚਲੇ ਜਾਂਦੇ ਸੀ ਆਫਿਸ ਦੇ ਵਿੱਚ ਮਹਾਰਾਜ ਜੀ ਦਾ ਸਟਾਫ ਸੀ ਚਾਰ ਪੰਜ ਜਣੇ ਜਿਨ੍ਹਾਂ ਚ ਦਾਸ ਤੇ ਮਿਸਿਸ ਕਵਲਦਾਸ ਉਹ ਵੀ ਉੱਥੇ ਡਿਊਟੀ ਕਰਦੇ ਸੀ ਤੇ ਜਿਤ ਮਹਾਰਾਜ ਜੀ ਦੀ ਜਿਹੜੀਆਂ ਚਿੱਠੀਆਂ ਕੋਰਸਪੋਂਡੈਂਸ ਉਹ ਟਾਈਪ ਕਰਨਾ ਤੇ ਭੇਜਣਾ ਉੱਥੇ ਉਹਨਾਂ ਨੇ ਜਿਹੜੀ ਰੋਜ਼ ਦੀ ਮੇਲ ਆਈ ਹੁੰਦੀ ਸੀਗੀ ਉਹ ਖੋਲ ਕੇ ਓਲਰੇਡੀ ਸਟੈਂਪ ਕਰਕੇ ਡੇਟ ਲੇਕ ਕੇ ਮਹਾਰਾਜ ਜੀ ਦੇ ਟੇਬਲ ਤੇ ਰੱਖੀ ਹੁੰਦੀ ਸੀਗੀ ਤੇ ਰਜਿਸਟਰ ਦੇ ਵਿੱਚ ਨੋਟ ਕੀਤਾ ਹੁੰਦਾ ਸੀ ਕਿਹੜੀ ਮੇਲ ਕਿੱਥੋਂ ਆਈ ਹੈ ਤੇ ਜਦੋਂ ਮਹਾਰਾਜ ਜੀ ਆਂਦੇ ਸੀ ਆ ਕੇ ਪਾਣੀ ਦਾ ਗਲਾਸ ਪੀਂਦੇ ਸੀ ਮਹਾਰਾਜ ਜੀ ਨੇ ਇੱਕ ਉਹਦੇ ਨਾਲ ਤਾਂਬੇ ਦੀ ਗੜਵੀ ਰੱਖੀ ਹੁੰਦੀ ਸੀ ਤੇ ਉਹਦੇ ਚੋਂ ਮਹਾਰਾਜ ਪਾਣੀ ਪੀਂਦੇ ਸੀ ਫਿਰ ਮਹਾਰਾਜ ਜੀ ਜੋ ਰੋਜ਼ ਦੀ ਕੋਰਸਪੋਨਸ ਐਂਡ ਲੈਟਰ ਲੋਕਾਂ ਦੇ ਆਏ ਉਹ ਦੇਖਦੇ ਹੁੰਦੇ ਸੀ ਜਿਹੜੇ ਬਿੱਲ ਆਏ ਡੇਰੇ ਤੇ ਉਹ ਦੇਖਦੇ ਹੁੰਦੇ ਸੀ ਇਹ ਸਭ ਮਹਾਰਾਜ ਜੀ ਆਪ ਕਰਦੇ ਹੁੰਦੇ ਸੀ ਓਨੀ ਦੇਰ ਨੂੰ ਥੱਲੇ ਚਾਹ ਬਣ ਕੇ ਆ ਜਾਂਦੀ ਸੀ ਤੇ ਮਹਾਰਾਜ ਜੀ ਚਾਹ ਪੀਂਦੇ ਫਿਰ ਉਹਨਾਂ ਦਾ ਕੀ ਕੀ ਜਵਾਬ ਦੇਣਾ ਮਹਾਰਾਜ ਜੀ ਡਿਕਟੇਸ਼ਨ ਦੇ ਦਿੰਦੇ ਸੀ ਕਿ ਨੂੰ ਕੀ ਕੀ ਜਵਾਬ ਦੇਣਾ ਜਿਹੜੇ ਪੰਜਾਬੀ ਚ ਹਿੰਦੀ ਚ ਲੈਟਰ ਆਉਂਦੇ ਸੀ ਉਹ ਖੁਰਕਪਾਲ ਜੀ ਹੁੰਦੇ ਸੀਗੇ ਚਾਚਾ ਜੀ ਹੁੰਦੇ ਸੀਗੇ ਰਵੀ ਜੀ ਜੋ ਮਹਾਰਾਜ ਦੇ ਸੈਕਟਰੀ ਹੁੰਦੇ ਸੀ ਉਹ ਵੀ ਲਿਖ ਦਿੰਦੇ ਸੀ ਤੇ ਕਦੀ ਕਦੀ ਦਾਸ ਨੂੰ ਵੀ ਮੌਕਾ ਮਿਲ ਜਾਂਦਾ ਸੀ ਉਹਨਾਂ ਦਾ ਜਵਾਬ ਡੇਰਿਓਂ ਜਾਂਦਾ ਸੀ ਤੇ ਉਹ ਸਾਰਾ ਫਾਈਲ ਕੀਤਾ ਹੁੰਦਾ ਸੀ ਕਿ ਕਿੰਨੂੰ ਕਿੱਥੇ ਕਦੋਂ ਭੇਜਿਆ ਇਹ ਮਹਾਰਾਜ ਜੀ ਦੀ ਉਸ ਟਾਈਮ ਦੀ ਐਕਟੀਵਿਟੀ ਸੀਗੀ ਕਿਹਦੀਆਂ ਕਿਹਦੀਆਂ ਚਿੱਠੀਆਂ ਆਈਆਂ ਉਹ ਨੋਟ ਕੀਤਾ ਹੁੰਦਾ ਸੀ ਤੇ ਕਿੰਨੂੰ ਕਿੰਨੂੰ ਜਵਾਬ ਦੇਣਾ ਕੀ ਦੇਣਾ ਉਹ ਵੀ ਨੋਟ ਕੀਤਾ ਹੁੰਦਾ ਸੀ ਕਿ ਜਿਹੜੇ ਇੰਡੀਆ ਲੈਟਰ ਕੱਢਨੇ ਜਾਂ ਹੋਰ ਕਿਸੇ ਨੂੰ ਲੈਟਰ ਕੱਢਨੇ ਆ ਉਹ ਲੈਟਰ ਵੀ ਲਿਖੇ ਹੁੰਦੇ ਸੀ ਤੇ ਕਿੰਨੂੰ ਭੇਜਿਆ ਉਹਦਾ ਸੀਰੀਅਲ ਨੰਬਰ ਹੁੰਦਾ ਸੀ ਤੇ ਮਹਾਰਾਜ ਜੀ ਦੀ ਇੱਕ ਖਾਸ ਗੱਲ ਇਹ ਸੀ ਕਿ ਜਿਹੜੇ ਡੇਰੇ ਤੇ ਲੈਟਰ ਲਿਖੇ ਜਾਂਦੇ ਸੀ ਟਾਈਪਰਾਈਟਰ ਸੀ ਉਹਦੇ ਚ ਜਿਹੜੀ ਇਨਕ ਸੀਗੀ ਉਹ ਰੈੱਡ ਸੀ ਮਹਾਰਾਜ ਜੀ ਨੇ ਕਿਹਾ ਰੈੱਡ ਯੂਜ਼ ਕਰਨ ਬਲੂ ਗ੍ਰੇ ਯਾ ਲੋ ਕੋਈ ਨਹੀਂ ਰੈੱਡ ਰੈੱਡ ਦੇ ਨਾਲ ਉਹ ਟਾਈਪਰਾਇਟਰ ਤੇ ਕੀਤਾ ਜਾਂਦਾ ਸੀ ਉਸ ਟਾਈਮ ਤੇ ਟਾਈਪਰਾਇਟਰ ਸੀ ਫਿਰ ਮਹਾਰਾਜ ਨੇ ਕੰਪਿਊਟਰ ਵੀ ਖਰੀਦਿਆ ਜੋ ਕਿ ਬਹੁਤ ਮਹਿੰਗਾ ਸੀ ਉਸ ਟਾਈਮ ਤੋਂ ਬਾਅਦ ਹਜ਼ੂਰ ਮਹਾਰਾਜ ਜੀ ਥੱਲੇ ਆ ਕੇ ਤੇ ਜ਼ਿਆਦਾਤਰ ਕੀ ਕਰਦੇ ਹੁੰਦੇ ਸੀ ਕਿ ਆ ਕੇ ਦੌਰ ਤੇ ਜਿਹੜੀ ਕਿਚਨ ਦੀ ਡੋਰ ਉੱਥੇ ਖਲੋ ਜਾਣਾ ਤੇ ਕੋਈ ਜਿਹੜੀ ਉਸ ਵਲੇ ਦੇ ਡਿਊਟੀਆਂ ਹੁੰਦੇ ਸੀ ਬੀਬੀਆਂ ਉਹਨਾਂ ਨੂੰ ਕਹਿਣਾ ਕਿ ਮੈਨੂੰ ਪ੍ਰਸ਼ਾਦਾ ਦੇ ਦਿਓ ਤੇ ਮਹਾਰਾਜ ਜੀ ਨੇ ਹੱਥ ਤੇ ਹੀ ਪ੍ਰਸ਼ਾਦਾ ਰੱਖ ਕੇ ਉਹਦੇ ਉੱਪਰ ਦਾਲ ਪਵਾਲਾਣੀ ਤੋਂ ਉੱਤੇ ਖੜੇ ਹੋ ਕੇ ਖਾ ਲਿਆ ਇਹ ਮਹਾਰਾਜ ਜੀ ਦਾ ਕੀ ਕਹਿੰਦੇ ਆ ਕਿ ਸਵੇਰ ਦਾ ਨਾਸ਼ਤਾ ਤੇ ਦਪਹਿਰ ਦਾ ਲੰਚ ਹੁੰਦਾ ਸੀਗਾ ਉਸ ਤੋਂ ਬਾਅਦ ਹਜੂਰ ਮਹਾਰਾਜ ਜੀ 사ਸੰਗ ਵਾਸਤੇ ਨਿਕਲ ਜਾਂਦੇ ਸੀ ਮੰਡੇ ਟੂ ਫਰਡੇ ਮਹਾਰਾਜ ਜੀ ਲੰਡਨ ਸਾਈਡ ਵਾਲ ਸਤਸੰਗ ਜਾਇਆ ਕਰਦੇ ਸੀਗੇ ਸਾਉਥ ਹਾਲ ਐਡਮਿੰਟਨ ਈਸਟਰਮ ਗਰੇਵਜ਼ੈਂਟਸ ਜਿਲੀਗਮ ਇੱਧਰ ਸਾਰਿਆਂ ਏਰੀਆ ਚ ਮਹਾਰਾਜ ਜੀ ਮੰਡੇ ਟੂ ਫਰਡੇ ਸਸੰਕਰਦੇ ਹੁੰਦੇ ਸੀਗੇ ਰਾਤ ਨੂੰ ਮਹਾਰਾਜ ਜੀ ਨੇ ਵਾਪਸ 190 ਆ ਕੇ ਹੀ ਸੋਣਾ ਹੁੰਦਾ ਸੀ ਬਾਅਦ ਮਹਾਰਾਜ ਜੀ ਕਦੀ ਨਹੀਂ ਸੌਂਦੇ ਸੀ ਕਿਤੇ ਵੀ ਚਾਹੇ 3 ਵਜੇ ਜਾਂ 4 ਵਜੇ ਜਦੋਂ ਮਹਾਰਾਜ ਜੀ ਰਾਤ ਨੂੰ ਆਉਂਦੇ ਸੀ ਤੇ ਚਾਚਾ ਜੀ ਡਿਊਟੀ ਤੇ ਹੁੰਦੇ ਸੀ ਜਿਹੜੇ ਡੋਰ ਖੋਲਦੇ ਸੀ ਇੰਤਜ਼ਾਰ ਕਰਦੇ ਸੀ ਤੇ ਮਹਾਰਾਜ ਜੀ ਨੇ ਆਪਣੇ ਰੂਮ ਚ ਚਲੇ ਜਾ ਇਹ ਮਹਾਰਾਜ ਜੀ ਦੀ ਡੇਲੀ ਦੀ ਐਕਟੀਵਿਟੀ ਹੁੰਦੀ ਸੀ ਫਰਾਈਡੇ ਤੋਂ ਸੈਟਰਡੇ ਸੰਡੇ ਸੈਟਰਡੇ ਬਰਮਿੰਗਮ ਡੇਰੇ 11 ਚਰਚੀ ਰੋਡ ਮਹਾਰਾਜ ਜੀ satsang ਕਰਦੇ ਸੀਗੇ ਮਸ਼ਹਰਾ ਹੁੰਦਾ ਸੀ ਸਾਰੀਆਂ ਸੰਗਤਾਂ ਇੰਗਲੈਂਡ ਚ ਸਾਰੇ ਪਾਸਿਓਂ ਸੈਟਰਡੇ ਤੇ ਆਉਂਦੇ ਸੀ ਤੇ ਸੰਗਤਾਂ ਨਾਲ ਗੱਲ ਕਰਦੇ ਸੀ ਮਹਾਰਾਜ ਜੀ ਨੇ ਰੂਲ ਬਣਾਏ ਸੀ ਕੁਛ ਉਸੂਲ ਬਣਾਏ ਸੀ। ਔਰ ਮਹਾਰਾਜ ਜੀ ਕਹਿੰਦੇ ਸੀ ਜਦੋਂ ਰੂਲ ਬਣਾਉਣ ਵਾਲਾ ਉਹ ਖੁਦ ਮੰਨੇਗਾ ਤਾਂ ਰੂਲ ਇੰਪਲੀਮੈਂਟ ਹੋਣਗੇ। ਜੇ ਰੂਲ ਬਣਾਉਣ ਵਾਲਾ ਹੀ ਰੂਲ ਨਹੀਂ ਮੰਨੇਗਾ, ਸੂਲ ਨਹੀਂ ਮੰਨੇਗਾ ਤਾਂ ਇੰਪਲੀਮੈਂਟ ਨਹੀਂ ਹੋਣਗੇ। ਮਹਾਰਾਜ ਜੀ ਇਸ ਚੀਜ਼ ਦੇ ਬੜੇ ਪੱਕੇ ਸੀ। ਆਪ ਜੀ ਨੂੰ ਮੈਂ ਇਸ ਚੀਜ਼ ਦੀ ਮਹਾਰਾਜ ਜੀ ਦੀ ਇੱਕ ਐਗਜ਼ਾਮਪਲ ਦੇਣਾ ਕਿ ਕਿਉਂਕਿ ਲੱਗੇ ਹੋਰ ਵੀ ਲੋਕੀ ਵਾਸਤੇ ਹੈ। ਅਸੀਂ ਤੇ ਮਹਾਰਾਜ ਜੀ ਦੀ ਜਦੋਂ ਮਹਾਰਾਜ ਜੀ ਕੀਰਤਨ ਕਰਦੇ ਆ ਮਸਤ ਹੋ ਜਾਂਦੇ ਆ ਉੱਚੀ ਉੱਚੀ ਬੋਲਦੇ ਆ ਸਾਨੂੰ ਮਜ਼ਾ ਆਉਂਦਾ ਤਪਲੇ ਵਾਜੇ ਦੀ ਆ ਪਰ ਜਿਹੜੇ ਮਹਾਰਾਜ ਜੀ ਨੂੰ ਨਹੀਂ ਮੰਨਦੇ ਉਹਨਾਂ ਨੇ ਰਾਮ ਕਰਨਾ ਤੇ ਉਹਨਾਂ ਨੂੰ ਇਰਿਟੇਸ਼ਨ ਹੁੰਦੀ ਆ ਉਹ ਸੌ ਨਹੀਂ ਸਕਦੇ ਤੇ ਮਹਾਰਾਜ ਹਮੇਸ਼ਾ ਕਹਿੰਦੇ ਸੀ ਕਿ ਆਪਣੀ ਸੁੱਖ ਵਾਸਤੇ ਕਿਸੇ ਨੂੰ ਦੁਖੀ ਨਹੀਂ ਕਰਨਾ ਸੋ ਮਹਾਰਾਜ ਜੀ ਨੇ ਸੂਲ ਬਣਾਇਆ ਸੀ ਕਿ 10 ਵਜੇ ਤੋਂ ਪਹਿਲਾਂ ਰਾਤ ਨੂੰ ਡੇਰਾ ਖਤਮ ਕਰ ਦੇਣਾ 10 ਵਜੇ ਤੋਂ ਬਾਅਦ ਕੋਈ ਢੋਲ ਕਿਸ਼ਣਾ ਜਾਂ ਕੋਈ ਸੰਗਤ ਅੰਦਰ ਬਾਹਰ ਨਹੀਂ ਹੋਏਗੀ ਜਦੋਂ ਮਹਾਰਾਜ ਜੀ ਨੇ ਸੂਲ ਬਣਾਤਾ ਤੇ ਜਦੋਂ ਮਹਾਰਾਜ ਜੀ satsang ਕਰਦੇ ਹੁੰਦੇ ਸੀ ਉਸ ਤੋਂ ਬਾਅਦ ਕੀਰਤਨ ਕਰਦੇ ਹੁੰਦੇ ਸੀ ਤੇ ਸੰਗਤ ਨੇ ਕਹਿਣਾ ਇੱਕ ਹੋਰ ਇੱਕ ਹੋਰ ਤੇ ਪ੍ਰਧਾਨ ਜੀ ਜਿਹੜੇ ਉਹ ਵੀ ਕਹਦੇ ਕਾਨੂੰਨ ਦੇ ਬੜੇ ਪੱਕੇ ਹੁੰਦੇ ਸਨ ਸੋ ਪ੍ਰਧਾਨ ਜੀ ਨੇ ਦੋਰ ਖੋਲ ਕੇ ਜੋ ਦੋਰ ਇਨਕੁਆਰੀ ਦੀ ਉਹ ਆਪਣਾ ਡੇਰੇ ਹਾਲ ਦੇ ਅੰਦਰ ਨੂੰ ਖੋਲਦੀ ਸੀ ਤੇ ਉਹਨਾਂ ਨੇ ਜੋ ਦੇਖਣਾ ਕਿ ਸਾਢੇ 9 ਹੋ ਗਏ ਆ ਤੇ ਉਹਨਾਂ ਨੇ ਦੋਰ ਖੋਲ ਕੇ ਮਹਾਰਾਜ ਵੱਲ ਦੇਖਣਾ ਮਹਾਰਾਜ ਨੇ ਗੱਦੀ ਤੇ ਬੈਠਿਆ ਹੀ ਪ੍ਰਧਾਨ ਜੀ ਵੱਲ ਦੇਖਣਾ ਤੇ ਉਹਨਾਂ ਇਸ਼ਾਰਾ ਕਰ ਦੇਣਾ ਨਾਲੇ ਸ਼ਬਦ ਖਤਮ ਕਰਕੇ ਮਹਾਰਾਜ ਨੇ ਕਹਿਣਾ ਕਿ ਪ੍ਰਧਾਨ ਜੀ ਦਾ ਹੁਣ ਸਿਗਨਲ ਆ ਗਿਆ ਵੇ ਸੰਗਤੋ ਹੁਣ ਗਾਣ ਹੋਰ ਨਹੀਂ ਕਿ ਹੋ ਆਪ ਜੀ ਸਾਰੇ ਡੇਰਾ ਖਾਲੀ ਕਰੋ ਤੇ ਆਪਣੀਆਂ ਗੱਡੀਆਂ ਬਾਹਰ ਕਢੋ ਇਹ ਤੇ ਸੰਗਤ ਦੀ ਗੱਲ ਹੋ ਗਈ ਇੱਕ ਦਿਨ ਜਿਹਦਾ ਸੰਡੇ ਸੰਡੇ ਫੇ ਮਹਾਰਾਜ ਜੀ ਚਰਨ ਪਾਣੇ ਕਿਸੇ ਦੇ ਘਰਾਂ ਚ ਸੰਗਤਾਂ ਦੇ ਘਰਾਂ ਚ ਜਾਂ ਫਿਰ ਲਿਵਰਪੂਲ ਜਾਣਾ ਨੌਰਥ ਵਾਲੇ ਪਾਸੇ ਕਿਤੇ ਨਾ ਕਿਤੇ ਕਿਸੇ ਦੇ ਘਰ ਪ੍ਰੋਗਰਾਮ ਮਹਾਰਾਜ ਜੀ ਨੇ ਬਣਾਇਆ ਹੁੰਦਾ ਸੀ ਤੇ ਇੱਕ ਦਿਵਾਰੀ ਸੰਡੇ ਅਸੀਂ ਲਿਵਰਪੂਲ ਜਿਹੜੇ ਕਿ ਆ ਆਪਣਾ ਛੱਡਾ ਫੈਮਿਲੀ ਹੈ ਤੇ ਬਹੁਤ ਮਹਾਰਾਜ ਜੀ ਦੇ ਕੀ ਕਹਿੰਦੇ ਹਰਮਨ ਪਿਆਰੇ ਸੇਵਕ ਤੇ ਮਹਾਰਾਜ ਦੇ ਸਾਰੇ ਪਿਆਰੇ ਹੁੰਦੇ ਆ ਪਰ ਕੁਝ ਇਹੋ ਜਿਹੇ ਹੁੰਦੇ ਆ ਕਿ ਜਿਹੜੇ ਉਹ ਆਪਣੀਆਂ ਜੰਜੀਰਾਂ ਕਹਿੰਦੇ ਉਹਨੂੰ ਜਿਆਦਾ ਹੀ ਪਾ ਲੈਂਦੇ ਆ ਠੀਕ ਹੈ ਨਾ ਕਹਿੰਦੇ ਕਿ ਜਿੰਨਾ ਰੱਬ ਨੂੰ ਕਿਸੇ ਨੇ ਦੇਖਣਾ ਤੱਕਣਾ ਤੁਹਾਨੂੰ ਓਨੀ ਮਿਹਨਤ ਕਰਨੀ ਪੈਣੀ ਹੈ ਤੇ ਮਹਾਰਾਜ ਜੀ ਨੂੰ ਉਹ ਬਹੁਤ ਮੈਂ ਇੱਕ ਅਮਾ ਕਮਿਸ਼ਨ ਨੂੰ ਵੀ ਬੜੀ ਉਹਨਾਂ ਮਦਦ ਕੀਤੀ ਹੈ ਉਹਨਾਂ ਦੇ ਘਰੋਂ ਅਸੀਂ ਰਾਤ ਨੂੰ ਆਏ ਤੇ ਆਂਦੇ ਪੇ ਤੇ ਰਸਤੇ 'ਚ ਮਹਾਰਾਜ ਜੀ ਆਪਣਾ ਅਖਾਮੀਟ ਲਈਆਂ ਤੇ ਆਪਣਾ ਰੱਬ ਦੇ ਵੱਲ ਲੱਗੇ ਤੇ ਜਦੋਂ ਇੱਥੇ ਬਰਮਿੰਗਮ ਪਹੁੰਚੇ ਆਪਣਾ ਚਰਚਿਲ ਰੋਡ ਤੇ ਪਹੁੰਚੇ ਤੇ ਗੱਡੀ ਖੜੀ ਕੀਤੀ ਤੇ ਕਹਿੰਦੇ ਸ਼ਾਬ ਜਾਣਾ ਤੇ ਉਹ ਗੇਟ ਲੱਗਿਆ ਸੀ ਕਿਉਂਕਿ 10 ਵੱਜ ਚੁੱਕੇ 10:00 ਵਜ ਕੇ 10 ਮਿੰਟ ਮੇਰਾ ਖਿਆਲ ਹੋ ਗਿਆ ਉਹਨੇ ਤੇ ਗੇਟ ਲੱਗਿਆ ਸੀ ਤੇ ਗੱਡੀ ਰੁਕੀ ਤੇ ਅੰਦਰੋਂ ਉਹਨਾਂ ਨੇ ਦੇਖਿਆ ਕਿ ਮਹਾਰਾਜ ਦੀ ਗੱਡੀ ਰੁਕੀ ਆ ਅੰਦਰੋਂ ਕਿ ਡੇਰੇ ਵੱਲ ਗੇਟ ਵੱਲ ਨੂੰ ਗੇਟ ਖੋਲਣ ਵਾਸਤੇ ਕੋਈ ਆ ਰਿਹਾ ਸੀ ਮਹਾਰਾਜ ਨੇ ਕਿਹਾ ਟਾਈਮ ਕਿੰਨਾ ਹੋਇਆ ਕਹਿੰਦੇ ਜੀ ਸਭ 10 ਸਵਾ 10 ਕੁਛ ਮਹਾਰਾਜ ਕਹਿੰਦੇ ਨਹੀਂ ਉਹ ਕਹਿੰਦੇ ਜੀ ਤੋਲੜ ਜਾਣਾ ਮਹਾਰਾਜ ਕਹਿੰਦੇ ਨਾ ਕਹਿੰਦੇ ਅਸੀਂ ਰੂਲ ਬਣਾਇਆ ਕਿ 10 ਵਜੇ ਤੋਂ ਬਾਅਦ ਗੇਟ ਨਹੀਂ ਖੁੱਲੇਗਾ ਤੇ ਗੇਟ ਨਹੀਂ ਖੁੱਲੇਗਾ ਅਸੀਂ ਨਹੀਂ ਗੇਟ ਖਲਵਾਣਾ ਤੇ ਮਹਾਰਾਜ ਜੀ ਮੈਨੂੰ ਕਹਿੰਦੇ ਚਲ ਤੇਰੇ ਘਰ ਜਾ ਕੇ ਬਾਥਰੂਮ ਯੂਜ਼ ਕਰਦੇ ਆ। ਸੋ ਦਾਸ ਦਾ ਘਰ ਅਗਰ ਆਪ ਜੀ ਨੂੰ ਨਹੀਂ ਪਤਾ 에 ਡੇਰੇ ਦੇ ਬਿਲਕੁਲ ਐਮਚੁਅਲ ਡੇਰੇ ਦੇ ਬਿਲਕੁਲ ਆਪੋਜੀਟ ਹੈ। ਬਿਲਕੁਲ ਆਪੋਜੀਟ ਗੇਟ ਆ ਗਿਆ। ਤੇ ਮਹਾਰਾਜ ਜੀ ਉੱਤਰ ਕੇ ਇਧਰ ਨੂੰ ਆ ਗਏ। ਇਹ ਵੀ ਮਹਾਰਾਜ ਜੀ ਦਾ ਹੀ ਹੈ ਘਰ। ਮਹਾਰਾਜ ਜੀ ਇਧਰ ਆ ਗਏ। ਇਧਰ ਆ ਕੇ ਮਹਾਰਾਜ ਜੀ ਬਾਥਰੂਮ ਗਏ, ਵਾਸ਼ਰੂਮ ਗਏ ਤੇ ਉਹਨੇ ਦੇ ਨੂੰ ਮਸ਼ੀਨें ਜਲਦੀ ਜਲਦੀ ਆਪਣਾ ਜਿਸ ਤਰ੍ਹਾਂ ਜਿੱਥੇ ਵੀ ਮਹਾਰਾਜ ਜੀ ਜਾਂਦੇ ਨੇ ਕਹਿੰਦੇ ਨੇ ਕਿ ਉਥੇ ਚੇਰ ਤੇ ਕਪੜਾ ਪਾ ਦਿੰਦੇ ਨੇ ਸੋਫੇ ਤੇ ਕਪੜਾ ਪਾ ਦਿੰਦੇ ਨੇ ਚਾਦਰ ਵਿਛਾ ਦਿੰਦੇ ਨੇ ਕਿ ਇੱਥੇ ਮਹਾਰਾਜ ਜੀ ਬੈਠ। ਤੇ ਅਸੀਂ ਵੀ ਮਸੀਂ ਨੇ ਵੀ ਇਦਾਂ ਕੀਤਾ ਤੇ ਮਹਾਰਾਜ ਜੀ ਆਏ ਤੇ ਕਾਰਪਟ ਨਵਾਂ ਨਵਾਂ ਪਾਇਆ ਸੀ ਮਹਾਰਾਜ ਜੀ ਉੱਤੇ ਨਹੀਂ ਬੈਠੇ ਥੱਲੇ ਬੈਠ ਗਏ। ਮੈਂ ਕਿਹਾ ਮਹਾਰਾਜ ਜੀ ਤੁਹਾਡੇ ਵਾਸਤੇ ਉਹ ਹੈ। ਤੋਂ ਉੱਥੇ ਚੇਰ ਤੇ। ਮਹਾਰਾਜ ਜੀ ਕਹਿੰਦੇ ਕਹਿੰਦੇ ਯਾਰ ਇੱਕ ਪਾਸੇ ਤੁਸੀਂ ਮਹਾਰਾਜ ਜੀ ਕਹਿੰਦੇ ਹੋ ਰੱਬ ਕਹਿੰਦੇ ਸਾਰੇ ਜਣੇ ਕਹਿੰਦੇ ਮਹਾਰਾਜ ਜੀ ਉਹ ਜੋ ਚਾਣ ਕਰ ਸਕਦੇ ਆ ਕਹਿੰਦੇ ਦੂਸਰੇ ਪਾਸੇ ਤੁਸੀਂ ਮੈਨੂੰ ਕੀ ਕਹਿੰਦੇ ਲਿਮਟਿਡ ਕਰ ਦਿੰਦੇ ਹੋ ਕਿ ਤੁਸੀਂ ਆ ਕੇ ਕਿਸੇ ਦੇ ਘਰ ਚ ਜਿੱਥੇ ਮਰਜ਼ੀ ਬੈਠ ਜਾਓ ਜਿੱਥੇ ਤੁਹਾਨੂੰ ਚੰਗਾ ਲੱਗੇ ਅਸੀਂ ਜਾਣਿਆਂ ਸਾਡੇ ਵਾਸਤੇ ਪਹਿਲਾਂ ਹੀ ਜਗ੍ਹਾ ਨਿਯੁਕਤ ਕੀਤੀ ਹੁੰਦੀ ਹੈ ਕਿ ਮਹਾਰਾਜ ਜੀ ਉੱਥੇ ਬੈਠਣਾ ਸਾਡਾ ਦਿਲ ਕਰਦਾ ਸੀ ਖੱਬੇ ਬੈਠੀਏ ਸਾਡਾ ਦਿਲ ਕਰਦਾ ਸੱਜੇ ਬੈਠੀਏ ਪਰ ਤੁਸੀਂ ਸਾਡੇ ਵਾਸਤੇ ਪਹਿਲਾਂ ਹੀ ਚਾਦਰ ਪਾ ਕੇ ਉਹ ਜਗ੍ਹਾ ਨਿਯੁਕਤ ਕੀਤੀ ਹੈ ਕਿ ਮੈਂ ਉਹ ਜਗ੍ਹਾ ਤੇ ਬੈਣਾ ਸੋ ਮੈਂ ਤੇ ਤੁਹਾਡਾ ਕਹਿਣਾ ਮੰਨਦਾ ਨਾ ਕਿ ਤੁਸੀਂ ਮੇਰਾ ਕਹਿਣਾ ਮੰਨਦੇ ਮਹਾਰਾਜ ਕਹਿੰਦੇ ਮੈਂ ਨਹੀਂ ਉੱਥੇ ਬਹਿਣਾ ਮਹਾਰਾਜ ਜੀ ਪੁੰਜੇ ਬੈਠ ਕੇ ਕਾਰਪਟ ਦੇ ਉੱਪਰ ਦੇਖੋ ਉਹਨਾਂ ਦੀ ਮਹਾਨਤਾ ਔਰ ਕਿੱਡਾ ਵੱਡਾ ਲੈਸਨ ਵੀ ਹੈ ਔਰ ਅਸੀਂ ਕਰਦੇ ਹੀ ਇਦਾਂ ਕਿ ਚਾਹ ਦੇ ਨਾਲ ਕੀ ਉੱਥੇ ਬੈਠਣਾ ਉਹ ਕਹਿੰਦੇ ਕਿਉਂ ਮੈਂ ਕਿਉਂ ਜਿੱਥੇ ਮਰਜ਼ੀ ਬੈਠ ਸਕਦਾ ਫਿਰ ਮਹਾਰਾਜ ਜੀ ਨੇ ਕਿਹਾ ਕਹਿੰਦੇ ਕਿ ਉਹ ਉਧਰੋਂ ਡੇਰੇ ਤੋਂ ਸੁਣਾ ਆਇਆ ਕਿ ਜਿਉ ਗੇਟ ਖੋਲਿਆ ਮਹਾਰਾਜ ਕਹਿੰਦੇ ਨਾ ਗੇਟ ਨਹੀਂ ਖੋਲਣਾ ਮਹਾਰਾਜ ਕਹਿੰਦੇ ਅਸੀਂ ਜਿ ਰੂਲ ਬਣਾਏ ਹੈ ਤੇ ਜੇ ਅਸੀਂ ਪਾਲਣ ਨਹੀਂ ਕਰਾਂਗੇ ਤਾਂ ਫਿਰ ਦੂਸਰਿਆਂ ਨੂੰ ਕਿੱਦਾਂ ਕਹਿ ਸਕਦੇ ਸੋ ਇਹ ਦੇਖ ਲਓ ਸ਼ੈਨਸ਼ਾ ਹੁੰਦੇ ਹੋਏ ਵੀ ਉਹਨਾਂ ਨੇ ਦੇਦੇ ਨਹੀਂ ਗਏ ਕਿ ਲੋਕ ਲੱਗ ਗਿਆ ਸੇ ਮਸੂਲ ਮੇਰੇ ਵਾਸਤੇ ਤੇ ਕਹਿੰਦੇ ਜਿਹੜਾ ਲੀਡਰ ਹੈ ਲੀਡਰ ਅਗਰ ਆਪ ਨਹੀਂ ਮੰਨੇਗਾ ਤੇ ਦੂਸਰਿਆਂ ਨੂੰ ਕਹਿੰਦਾ ਕੋਈ ਫਾਇਦਾ ਨਹੀਂ ਹੈਗਾ ਸੋ ਜਿਹੜੇ ਰੂਲ ਬਣਾਏ ਆ ਉਹ ਰੂਲ ਕਹਿੰਦੇ ਕਿ ਸਾਨੂੰ ਸਾਰਿਆਂ ਨੂੰ ਹੀ ਮੰਨਣੇ ਚਾਹੀਦੇ ਹਨ ਕਿਸੇ ਵੀ ਚੀਜ਼ ਨੂੰ ਚਲਾਉਣ ਵਾਸਤੇ bizness ਹੋਵੇ ਚਾਹੇ ਰੱਬ ਦਾ ਕੰਮ ਹੋਵੇ ਐਡਮਿਨਿਸਟ੍ਰੇਸ਼ਨ ਬਹੁਤ ਜ਼ਰੂਰੀ ਹੈ ਅਸੀਂ ਉਦੋਂ ਗਲਤ ਹੋ ਜਾਂਦੇ ਜਦੋਂ ਅਸੀਂ ਕਹਿੰਦੇ ਆ ਕਿ ਵੀ ਨਹੀਂ ਉਹ ਆਪ ਹੀ ਕਰ ਲੇਗਾ ਉਹ ਆਪ ਹੀ ਕਰਵਾ ਦੇਗਾ ਆਪ ਹੀ ਹੋ ਜਾਏਗਾ ਠੀਕ ਹੈ ਜਦੋਂ ਚਾਹਦਾ ਉਹ ਕਰਵਾਉਂਦਾ ਹੈ ਔਰ ਹੋ ਜਾਂਦਾ। ਅਗਰ ਅਸੀਂ ਕੋਈ ਅਸੂਲ ਨਹੀਂ ਰੱਖਨੇ ਜਾਂ ਕੋਈ ਸਾਡਾ پلان ਨਹੀਂ ਹੈ ਜਿਸ ਤਰ੍ਹਾਂ ਆਫਿਸ ਹੁੰਦੇ ਆ। ਤੇ ਇੰਨੀ ਜਲਦੀ ਤਰੱਕੀ ਨਹੀਂ ਹੁੰਦੀ। ਉਹ ਕਹਿੰਦੇ ਆ ਕਿ ਡਿਕਟੇਟਰਸ਼ਿਪ ਹੋ ਜਾਂਦੀ। ਜੀਹੀ ਗੱਲ ਹੈ ਤੇ ਜਦੋਂ ਅਸੀਂ ਰਾਤ ਨੂੰ ਸੌਂਦੇ ਆ ਤੇ ਕਿਉਂ ਅਲਾਰਮ ਲਾ ਕੇ ਸੌਂਦੇ ਆ ਕਿ ਸਵੇਰੇ ਕੰਮ ਤੇ ਜਾਣਾ ਜਾਂ ਸਵੇਰੇ ਅਪਾਇੰਟਮੈਂਟ ਤੇ ਜਾਣਾ। ਫਿਰ ਇਹ ਕਿਉਂ ਨਹੀਂ ਕਹਿੰਦੇ ਕਿ ਸੋਜੋ ਰਾਮਨਾ ਉਹ ਉਠਾਏਗਾ ਤੇ ਉੱਠ ਜਾਗੇ ਤੇ ਚੱਲ ਜਾਗੇ ਉਹ ਕਿਹ ਗੱਤ ਚੱਲ ਜਾਗੀ ਮੇਰਾ خیال ਹਰ ਸੰਤ ਮਹਾਤਮਾ ਗੁਰੂ ਪੀਰ ਐਸ ਵਲੇ ਜਿੰਦੇ ਵੀ ਆਪਣੇ ਅਗੇ ਨੇ ਜਦੋਂ ਉਹ ਬਾਹਰ ਟਰੈਵਲਿੰਗ ਕਰਦੇ ਨੇ ਤੇ ਮੇਰਾ ਨਹੀਂ ਖਿਆਲ ਕਿ ਜਾਜ ਉਹਨਾਂ ਦੀ ਮਰਜ਼ੀ ਦੇ ਮੁਤਾਬਕ ਟਾਈਮਿੰਗ ਹੁੰਦੀ ਹੈ ਉਹ ਟਾਈਮਿੰਗ ਉਹ ਕੰਪਨੀ ਨੇ ਨਿਯੁਕਤ ਕੀਤੀ ਹੁੰਦੀ ਹੈ ਕਿ ਫਲਾਈਟ ਦਾ ਏ ਟਾਈਮ ਉਰ ਐਸ ਟਾਈਮ ਤੇ ਫਲਾਈਟ ਉਡਣੀ ਹਾਂ ਉਹ ਚਾਹਣ ਆਪਣੀ ਮਰਜ਼ੀ ਨਾਲ ਕਿਸੇ ਵੱਲੇ ਅੱਗੇ ਪਿੱਛੇ ਕਰਵਾ ਸਕਦੇ ਆ ਲੇਕਿਨ ਉਹ ਵੀ ਉਹ ਕੰਪਨੀ ਦੇ ਮਿੱਥੇ ਹੋਏ ਟਾਈਮਾਂ ਦੇ ਨਾਲ ਹੀ ਜਾਂਦੇ ਨੇ ਕਿ 11 ਵਜੇ ਦੀ ਫਲਾਈਟ ਹੈ 2 ਘੰਟੇ ਪਹਿਲਾਂ ਜਾਣਾ ਪੈਣਾ ਤੋਂ ਜਾਂਦੇ ਨੇ ਉੱਥੇ ਚੈੱਕ ਅਪ ਹੋਣਾ ਲਗ ਜਮਾ ਕਰਾਣਾ ਸੋ ਇਹ ਹੈਗਾ ਐਡਮਿਨਿਸਟ੍ਰੇਸ਼ਨ ਕਿ ਤੁਹਾਨੂੰ ਫਾਲੋ ਕਰਨਾ ਪੈਣਾ ਬਾਕੀ ਜੋ ਰੱਬ ਦੇ ਹੱਥ ਹੈ ਜੇ ਉਸ ਦਿਨ ਨਹੀਂ ਚੜਨਾ ਤੇ ਉਹਨੇ ਕੋਈ ਨਾ ਕੋਈ ਵਿਧੀ ਬਣਾ ਦੇਣੀ ਜੇ ਚੜਨਾ ਤੇ ਤਾਂ ਮੀ ਉਹਨੇ ਵਿਧੀ ਬਣਾ ਦੇਣੀ ਪਰ ਸਾਨੂੰ ਉਹ ਕਰਮ ਕਰਨਾ ਪੈਣਾ ਜੋ ਹੈ ਜੇ ਫਲਾਈਟ ਦਾ ਟਾਈਮ ਹੈ ਤੇ ਉਸ ਟਾਈਮ ਤੇ ਜਾਣਾ ਜੇ ਫਲਾਈਟ ਫੜਨੀ ਹੈ ਨਹੀਂ ਤੇ ਉਹਨਾਂ ਨੇ ਸਾਡੇ ਵਾਸਤੇ ਇੰਤਜ਼ਾਰ ਨਹੀਂ ਕਰਨਾ ਸੋ ਮਹਾਰਾਜ ਜੀ ਕਿਆ ਕਰਦੇ ਸੀ ਜਿਹੜਾ ਰੱਬੀ ਹੈ ਅਗਰ ਤੁਸੀਂ ਰੱਬ ਰੱਬ ਕਰਨਾ ਤੇ ਫਿਰ ਉੱਥੇ ਹੌਲ ਜਾਓ satsang ਸੁਣੋ ਕੀਰਤਨ ਸੁਣੋ ਆਨੰਦ ਲੋ ਤੇ ਆਪਣੇ ਘਰ ਜਾਓ ਜਾ ਕੇ ਸਿਮਰਨ ਕਰੋ ਜੇ ਤੁਸੀਂ ਡੇਰੇ ਚ ਮੇਰੇ ਨਾਲ ਕੰਮ ਕਰਨਾ ਹੈ ਆਫਿਸ ਦੇ ਵਿੱਚ ਮੈਨੇਜਮੈਂਟ ਦੇ ਵਿੱਚ ਤਾਂ ਫਿਰ ਤੁਹਾਨੂੰ ਉਹ ਅਸੂਲ ਮੰਨੇ ਪੈਣੇ ਜੋ ਮੈਂ ਦਾਂਗਾ ਉੱਥੇ ਤਨਦਰਸ਼ਨ ਨਹੀਂ ਉੱਥੇ ਜਿਹੜਾ ਚੀਜ਼ਾਂ ਮਿੱਥੀਆਂ ਗਈਆਂ ਜਿਹੜੀਆਂ ਡਿਊਟੀਆਂ ਲਾਈਆਂ ਗਈਆਂ ਜਿੰਨੇ ਵਜੇ ਲਾਈ ਓਨਨੇ ਵਜੇ ਆਪਣੀ ਡਿਊਟੀ ਕਰਨੀ ਬਾਹਣਨੇ ਬਾਜ਼ੀ ਨਹੀਂ ਤੇ ਨਹੀਂ ਤੇ ਆਪਣਾ RAM ਨਾ ਸੇਵਾ ਕਰੋ ਰੱਬ ਰੱਬ ਕਰੋ ਤੇ ਕਰ ਜਾਓ ਇਹ ਮਹਾਰਾਜ ਜੀ ਕੀ ਕਰਦੇ ਸੀਗੇ ਇੱਕ ਵਾਰੀ ਦੀ ਗੱਲ ਹੈ ਬੈਠੇ ਸੀ ਤੇ ਮਹਾਰਾਜ ਜੀ ਨੇ ਉਹਨਾਂ ਨੂੰ ਕੋਈ ਕੰਮ ਕਿੰਦੇ ਕੋਈ ਗੱਲ ਨਹੀਂ ਮਹਾਰਾਜ ਜੀ ਆਪ ਕਿਰਪਾ ਕਰੋਗੇ ਤੇ ਕਰ ਦਾਂਗੇ ਇੱਕ ਵਾਰੀ ਫਿਰ ਕੋਈ ਕੰਮ ਹੋਇਆ ਮਹਾਰਾਜ ਜੀ ਨੇ ਉਹਨਾਂ ਨੂੰ ਕਿਹਾ ਕਿ ਵੀ ਉੱਥੇ ਜਾਓ ਤੇ ਉਹਨਾਂ ਨੇ ਇਦਾਂ ਕਰਨਾ ਕਰਨਾ ਕੋਈ ਨਹੀਂ ਮਹਾਰਾਜ ਜੀ ਆਪ ਰਹਿਮਤ ਕਰੋਗੇ ਤੇ ਆਪਾਂ ਕਰ ਦਾਂਗੇ ਹੋ ਜਾਾਂਗੇ ਮਹਾਰਾਜ ਜੀ ਕਹਿੰਦੇ ਕਿ ਜੇ ਹਰ ਗੱਲ ਤੇ ਮੈਂ ਰਹਿਮਤ ਹੀ ਕਰਨੀ ਹੈ ਕਿਰਪਾਈ ਕਰਨੀ ਹੈ ਹਰ ਗੱਲ ਤੇ ਤੁਹਾਡੇ ਤੇ ਤੇ ਫਿਰ ਕਹਿੰਦੇ ਮੈਂ ਉਹਨਾਂ ਨੂੰ ਠਾ ਲਵਾਂ ਜਿਹੜੇ ਕਿੰਨੇ ਸਾਲਾਂ ਤੋਂ ਮਰੇ ਪਏ ਨੇ ਕਹਿੰਦਾ ਭਾਵਕ ਜਿਹੜੇ ਮੁਰਦੇ ਕਵਰਾਂ 'ਚ ਪਏ ਨੇ ਮੈਂ ਫਿਰ ਉਹਨਾਂ ਨੂੰ ਠਾਲਵਾ ਜੇ ਮੈਂ ਕਿਰਪਾ ਕਰਨੀ ਹਰ ਗੱਲ ਤੇ ਉਹ ਕਹਿੰਦੇ ਤੁਹਾਡੇ ਤੇ ਕਿਰਪਾ ਉਦੋਂ ਹੀ ਹੋ ਗਈ ਸੀ ਜਿੱਦਣ ਅਸੀਂ ਤੁਹਾਨੂੰ ਮਿਲੇ ਤੁਹਾਨੂੰ ਨਾਮ ਦਿੱਤਾ ਠੀਕ ਹੈ ਅੱਗੇ ਹੁਣ ਜੋ ਕਹਿੰਦੇ ਤੁਸੀਂ ਉਹਨੂੰ ਫਾਲੋ ਕਰੋ ਇਹ ਨਹੀਂ ਕਿ ਕਰਵਾਏਗਾ ਤਾਂ ਕਰ ਲਾਂਗੇ ਇਹ ਸਾਡੀ ਸਾਰਿਆਂ ਦੀ ਆਦਤ ਹੈ ਬੁਲਾਏਗਾ ਤੇ ਕਰ ਲਾਂਗੇ ਬੁਲਾਏਗਾ ਲ ਚਲ ਜਾਗੇ ਨਹੀਂ ਉਦਮ ਸਾਨੂੰ ਕਰਨਾ ਪੈਣਾ ਅੱਗੇ ਉਹਨੇ ਜੋ ਕਰਾਣਾ ਉਹਨੇ ਕਰਵਾ ਲੈਣਾ ਸੋ ਮਹਾਰਾਜ ਜੀ ਨੇ ਇੱਥੇ ਐਡਮਿਨਿਸਟ੍ਰੇਸ਼ਨ ਰੱਖੀ ਸੀ ਆਫਿਸ ਸਟਾਫ ਰੱਖਿਆ ਸੀ ਤੇ ਇੱਥੇ ਹਰ ਮਹੀਨੇ ਇੱਕ ਨਿਊਜ਼ਲੈਟਰ ਨਿਕਲਦਾ ਸੀ ਇੰਗਲਿਸ਼ ਚ ਤੇ ਪੰਜਾਬੀ ਚ ਜਿਹੜਾ ਸਾਰੇ ਪਾਸੇ ਸਰਕਲ ਹੁੰਦਾ ਸੀ ਡੇਰੇ ਦੀ ਐਕਟੀਵਿਟੀ ਔਰ ਮਹਾਰਾਜ ਜੀ ਦਾ ਉਸ ਮਹੀਨੇ ਦਾ ਸਾਸਨ ਉਹਦੇ ਵਾਸਤੇ ਮਹਾਰਾਜ ਜੀ ਨੇ ਵੱਖਰੀ ਟੀਮ ਰੱਖੀ ਸੀ ਮੀਡੀਆ ਟੀਮ ਔਰ ਉਹ ਸਾਰਾ ਡਿਸਕਸ ਮਹਾਰਾਜ ਦੇ ਨਾਲ ਕਰਦੇ ਸੀ ਤੇ ਉਹ ਹੀ ਛਾਪਿਆ ਜਾਂਦਾ ਸੀ ਜਦੋਂ ਮਹਾਰਾਜ ਜੀ ਦੀ ਫਾਈਨਲ ਹੁੰਦੀ ਸੀ ਮਹਾਰਾਜ ਜੀ ਨੇ ਕਦੇ ਇਹ ਨਹੀਂ ਕਿਹਾ ਕਿ ਜੋ ਮੈਂ ਕਹਤਾ ਉਹ ਪਾਰਿਓ ਨਾ ਉਹ ਉਹਨਾਂ ਦੀ ਸੁਣਦੇ ਸੀ ਸਾਰਿਆਂ ਨਾਲ ਸਲਾਹ ਕਰਦੇ ਸੀ ਔਰ ਫਿਰ ਉਹ ਚੀਜ਼ ਦਾ ਫੈਸਲਾ ਲੈਂਦੇ ਸੀ ਮਹਾਰਾਜ ਜੀ ਨੇ ਡੇਰਾ ਸਾਹਿਬ ਦੇ ਵਿੱਚ ਇੱਥੇ ਜਦੋਂ ਮਹਾਰਾਜ ਜੀ ਆਪਣਾ ਇੰਗਲੈਂਡ ਦੇ ਵਿੱਚ ਸਨ ਤੇ ਕਾਫੀ ਚੀਜ਼ਾਂ ਮਹਾਰਾਜ ਜੀ ਨੇ ਦਿੱਤੀਆਂ ਤੇ ਮਹਾਰਾਜ ਜੀ ਨੇ ਕਿਹਾ ਕਿ ਮੈਂ ਠੀਕ ਹੈ ਤੁਹਾਡੇ ਮਿਸ਼ਨ ਦਾ ਹੈਡ ਆ ਪਰ ਤੁਸੀਂ ਮੇਰੇ ਸਾਥੀ ਤੇ ਮੇਰਾ ਫਰਜ਼ ਹੈ ਤੁਹਾਡੇ ਨਾਲ ਸਲਾਹ ਕਰਨ ਦੀ ਜਦੋਂ ਕੋਈ ਗੱਲ ਹੁੰਦੀ ਸੀ ਮਹਾਰਾਜ ਜੀ 사ਸੰਗ ਦੇ ਵਿੱਚ ਸੰਗਤ ਨੂੰ ਪੁੱਛਦੇ ਹੁੰਦੇ ਸੀ ਕਿ ਅਸੀਂ ਆ ਕਰਨਾ ਜਿਸ ਤਰ੍ਹਾਂ ਫਾਰ ਐਗਜ਼ਾਮਪਲ ਕਿ ਇੱਥੇ ਇੰਗਲੈਂਡ ਦੇ ਵਿੱਚ ਕਾਫੀ ਸਰਗਰਮੀਆਂ ਸਿਗਿਆਨ ਤੇ ਕੁਛ ਹਰ ਇੱਕ ਰੱਬ ਨੂੰ ਨਹੀਂ ਚੰਗੀ ਤਰ੍ਹਾਂ ਮੰਨਦਾ ਕੁਛ ਸਿਰਫ ਸਿਰਫ ਇਹ ਵੀ ਹੁੰਦੇ ਆ ਉਹਨਾਂ ਦਾ ਕਹਿਣਾ ਇਹ ਸੀ ਕਿ ਵੀ ਦਰਸ਼ਨ ਦਾਸ ਜੀ ਦੇ ਕੋਲ ਸੰਗਤਾਂ ਬਹੁਤ ਵੱਧ ਰਹੀਆਂ ਬਹੁਤ ਆ ਰਹੀਆਂ ਉਹ ਇਸ ਕਰਕੇ ਆndੀਆਂ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਓਟ ਆਸਰਾ ਲੈਂਦੇ ਆ ਔਰ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਖਿਆ ਹੋਇਆ ਇਸ ਕਰਕੇ ਸੰਗਤਾਂ ਆndੀਆਂ ਉਦਾਂ ਉਹਨਾਂ ਕੋਲ ਕੀ ਹੈ ਜਿਹੜਾ ਗੁਰੰਥ ਸਾਹਿਬ ਆ ਗਿਆ ਉਹ ਸਿੱਖਾਂ ਦੇ ਹੀ ਆ ਉਹਨਾਂ ਦਾ ਨਹੀਂ ਹੈਗਾ ਸੋ ਇਹਦੇ ਨਾਲ ਕੁਛ ਨਾ ਕੁਛ ਵਾਦ-ਵਿਵਾਦ ਕਰਿਆ ਕਰਦੇ ਸੀ ਸੋ ਹਜੂਰ ਮਹਾਰਾਜ ਜੀ ਹਮੇਸ਼ਾ ਕੀ ਕਰਦੇ ਸੀ ਕਿ ਅਸੀਂ ਉਹ ਚੀਜ਼ ਨਹੀਂ ਕਰਨੀ ਜਿਹੜੀ ਕਿਸੇ ਨੂੰ ਦੁੱਖ ਦਵੇ ਇੱਕ ਦਿਨ ਮਹਾਰਾਜ ਜੀ ਨੇ 1987 ਦੀ ਗੱਲ ਆ ਅਕਤੂਬਰ ਦੀ ਹਜੂਰ ਮਹਾਰਾਜ ਜੀ 11 ਚਰਚੀ ਰੋਡ ਸਾਸੰਗ ਤੋਂ ਬਾਹਰ ਮਹਾਰਾਜ ਜੀ ਨੇ ਇਹ ਦੱਸਿਆ ਕਿ ਵੀ ਕੁਝ ਲੋਕੀ ਕਿ ਚੰਦ ਕਹਿੰਦੇ ਨੇ ਕਿ ਵੀ ਇੱਥੇ ਤੁਸੀਂ ਲੋਕੀ ਤਾਂ ਆਉਂਦੇ ਹੋ ਕਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਪਿਆ ਤੇ ਉਦਾਂ ਬਾਕੀ ਕੁਝ ਨਹੀਂ ਤੇ ਮਹਾਰਾਜ ਜੀ ਨੇ ਕਿਹਾ ਕਿ ਜਿਸ ਰੱਬ ਨੇ ਮੈਨੂੰ ਡਿਊਟੀ ਦਿੱਤੀ ਆ ਜਦੋਂ ਉਹਨੇ ਮੈਨੂੰ ਇੱਥੇ ਭੇਜਿਆ ਸੀ ਇੰਗਲੈਂਡ ਦੇ ਵਿੱਚ ਤੇ ਨਾ ਤੇ ਮੈਨੂੰ ਕੋਈ ਗੀਤਾ ਬਾਈਬਲ ਜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕੇ ਭੇਜਿਆ ਸੀ ਉਹਨੇ ਮੈਨੂੰ ਰਹਿਮਤ ਕੀਤੀ ਤੇ ਕਿਹਾ ਤਾਂ ਮੈਂ ਇੱਥੇ ਆ ਗਿਆ ਤੇ ਇਹ ਜੋ ਦੁੱਖ ਕੱਟੇ ਜਾਂਦੇ ਨੇ ਜੋ ਤੁਹਾਡੇ ਕੰਮ ਹੁੰਦੇ ਨੇ ਉਹ ਦੀ ਰਹਿਮਤ ਹੈ ਅਗਰ ਆਪ ਉਹ ਦੇਖਣਾ ਚਾਹੁੰਦੇ ਹੋ ਤਾਂ ਕੀ ਆਪ ਸਹਿਮਤ ਹੋ ਕਿ ਅਗਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਾ ਕਰੀਏ ਜਿੰਨਾ ਦਾ ਹੈਗਾ ਉਹ ਇਹਨੂੰ ਲਲਣ ਜੇ ਸਿੱਖ ਕਹਿੰਦੇ ਨੇ ਕਿ ਇਹ ਗ੍ਰੰਥ ਸਾਹਿਬ ਉਹਨਾਂ ਦਾ ਤਾਂ ਠੀਕ ਹੈ ਫਿਰ ਵੀ ਭਾਈ ਉਹ ਲਲਣ ਅਸੀਂ ਕਿਸੇ ਨਾਲ ਲੜਾਈ ਝਗੜਾ ਵਾਦ-ਵਿਵਾਦ ਨਹੀਂ ਕਰਨਾ ਤੇ ਸੰਗਤ ਜੀ ਆਪ ਜੀ ਦਾ ਕੀ ਵਿਚਾਰ ਹੈ ਸੋ ਇਹ ਨਹੀਂ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਆ ਨਹੀਂ ਹੋਏਗਾ ਅੱਜ ਤੋਂ ਬਾਅਦ ਇਹ ਨਹੀਂ ਕਰਨਾ ਉਹਨਾਂ ਸੰਗਤ ਨੂੰ ਪੁੱਛਿਆ ਸੰਗਤ ਨੇ ਹਾਂ ਭਰੇ ਸੰਗਤ ਨੇ ਹੱਥ ਖੜੇ ਕੀਤੇ ਤੇ ਮਹਾਰਾਜ ਜੀ ਨੇ ਉਹ ਚੀਜ਼ ਲਾਗੂ ਕੀਤੀ ਕਿ ਅੱਜ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜੋ ਹੈ ਅਸੀਂ ਆਪਣੇ ਮਿਸ਼ਨ 'ਚ ਨਹੀਂ ਕਰਾਂਗੇ ਤੇ ਅਗਰ ਆਪ ਜੀ ਨੇ ਰੱਬ ਦੀ ਰਹਿਮਤ ਨੂੰ ਦੇਖਣਾ ਹੈ ਉਹ ਤਾਕਤ ਨੂੰ ਦੇਖਣਾ ਹੈ ਤੇ ਜੋ ਅਸੀਂ ਕਹਿੰਦੇ ਆ ਤੁਸੀਂ ਮੰਨਿਆ ਤੇ ਤੁਸੀਂ ਅਜਮਾ ਕੇ ਦੇਖੋ ਠੀਕ ਹੈ ਸੋ ਇਹ ਨੀਕ ਮਹਾਰਾਜ ਜੀ ਨੇ ਕਹਿਤਾ ਕਿ ਠੀਕ ਆ ਵੀ ਹੁਣ ਮੈਂ ਕਹਿਤਾ ਫਿਰ ਮਹਾਰਾਜ ਜੀ ਨੇ ਕਿਹਾ ਕਿ ਨਿਸ਼ਾਨ ਸਾਹਿਬ ਆਪ ਜੀ ਨੂੰ ਪਤਾ ਕਿ ਸਾਡੇ ਮਿਸ਼ਨ ਦੇ ਵਿੱਚ ਦੋ ਨਿਸ਼ਾਨ ਸਾਹਿਬ ਸੀ ਇੱਕ ਚਿੱਟੰਡ ਨਿਸ਼ਾਨ ਸਾਹਿਬ ਦਾ ਦਾਸਤਰਮਾ ਦਾ ਤੇ ਦੂਸਰਾ ਕੇਸਰੀ ਨਿਸ਼ਾਨ ਸਾਹਿਬ ਤੇ ਮਹਾਰਾਜ ਜੀ ਨੇ ਕਿਹਾ ਕਿ ਦੋ ਨਿਸ਼ਾਨ ਸਾਹਿਬ ਹੈ ਆਪ ਜੀ ਦੱਸੋ ਸੰਗਤ ਜੀ ਕੀ ਅਸੀਂ ਇਹ ਨਿਸ਼ਾਨ ਸਾਹਿਬ ਉਹ ਕਹਿੰਦੇ ਨੇ ਕਿ ਇਹ ਸਿੱਖੀ ਨਿਸ਼ਾਨ ਸਾਹਿਬ ਆ ਜੋ ਕੇਸਰੀ ਨਿਸ਼ਾਨ ਸਾਹਿਬ ਆ ਤੇ ਕੀ ਅਸੀਂ ਇਹ ਦੋਨਾਂ ਨੂੰ ਰੱਖੀਏ ਕੀ ਕਰੀਏ ਤੇ ਸੰਗਤ ਨੇ ਕਿਹਾ ਨਹੀਂ ਜੀ ਕਿ ਅਸੀਂ ਆਪਣਾ ਦਾਸ ਸ਼ਰਮ ਦਾ ਜੋ ਨਿਸ਼ਾਨ ਸਾਹਿਬ ਆ ਕੇਸਰੀ ਨਿਸ਼ਾਨ ਸਾਹਿਬ ਅਗਰ ਉਹ ਕਹਿੰਦੇ ਨੇ ਸਾਡਾ ਤੇ ਠੀਕ ਆ ਫਿਰ ਇਹ ਚੋਲੇ ਉਹਨਾਂ ਨੂੰ ਪਾਉਣ ਦੇ ਜਿੰਨਾ ਦਾ ਹੈਗਾ ਤੇ ਸਾਡੇ ਤੁਸੀਂ ਸੋ ਮੇਰਾ ਕਹਿਣ ਦਾ ਭਾਵ ਕਿ ਮਹਾਰਾਜ ਜੀ ਨੇ ਕਦੀ ਵੀ ਆਪਣੇ ਰੂਲ ਕਿਸ ਸੰਗਤ ਦੇ ਉੱਪਰ ਸਿੱਧੇ ਨਹੀਂ ਥੋਪੇ ਸੰਗਤ ਨੂੰ ਬੁਲਾ ਕੇ ਉਹਨਾਂ ਨਾਲ ਸਲਾਹ مشورہ ਕਰਕੇ ਫਿਰ ਉਸ ਤੋਂ ਬਾਅਦ ਆਪਣਾ ਫਾਈਨਲ ਡਿਸੀਜਨ ਦਿੱਤਾ ਇਹ ਮਹਾਰਾਜ ਦਰਸ਼ਨदास ਕਰਾ ਕਰਦੇ ਸੀਗੇ ਫਿਰ ਉਹਨਾਂ ਕਿਹਾ ਜੀ ਫਿਰ ਅਰਦਾਸ ਕਿ ਅਰਦਾਸ ਤਾਂ ਫਿਰ ਸਿੱਖੀਜ਼ਮ ਦੀ ਹੈ ਤੇ ਹਜ਼ੂਰ ਮਹਾਰਾਜ ਜੀ ਨੇ ਇੰਗਲੈਂਡ ਦੇ ਵਿੱਚ ਡੇਰੇ ਸਾਹਿਬ ਦੇ ਵਿੱਚ ਆਪਣੇ ਆਫਿਸ سے ਅਰਜ਼ੀ ਲਿਖੀ ਜੋ ਆਪ ਸਭ ਉਨ ਬੋਲਦੇ ਔਰ ਜੋਈ ਨਿਰਾਰਥ ਹਜੂਰ ਮਹਾਰਾਜ ਜੀ ਨੇ ਜੇ ਮਰੋਂਗ ਨਹੀਂ ਤੇ ਅਕਤੂਬਰ ਦੇ ਵਿੱਚ ਹੀ ਇਹ ਸੰਗਰਾਮ ਵਾਲੇ ਦਿਨ ਤੇ ਪੜ ਕੇ ਡੇਰਾ ਸਾਬ ਚ 11 ਚਰਚੀ ਰੋਡਸ ਦੱਸੀ ਔਰ ਕਿਹਾ આજ ਤੋਂ ਬਾਅਦ ਆਪ ਜੀ ਅਗਰ ਮੇਰੇ ਤੇ ਵਿਸ਼ਵਾਸ ਕਰਦੇ ਹੋ ਤੇ ਇਹ ਜੋ ਔਰ ਜੋਈ ਆ ਆਪ ਜਿੱਥੇ ਵੀ ਆਪਣੇ ਮਨ ਤੋਂ ਧਿਆਉਗੇ ਬੋਲੋਗੇ ਆਪ ਜੀ ਦਾ ਕੰਮ ਪੂਰਾ ਹੋਏਗਾ ਜਿੱਥੇ ਵੀ ਕਿਤੇ ਔਕੜ ਮੁਸੀਬਤ ਆਵੇ ਆਪ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਤੇ ਅਰਜ਼ੋਈ ਨਿਰਤਾ ਇਹਨੂੰ ਆਪ ਕਰਕੇ ਦੇਖ ਲੈਣਾ ਤੇ ਆਪ ਜੀ ਦੇ ਕੰਮ ਸਵਰ ਜਾਣ ਸੋ ਇਹ ਚੀਜ਼ਾਂ ਹਜ਼ੂਰ ਮਹਾਰਾਜ ਜੀ ਨੇ ਇੰਗਲੈਂਡ ਦੇ ਵਿੱਚ ਜਿਹੜੇ 3 ਸਾਲ ਲਾਸਟ ਗੁਜ਼ਾਰੇ ਉਦੋਂ ਇਹ ਦਿੱਤੀਆਂ ਔਰ ਉਸ ਟਾਈਮ ਤੇ ਫੈ ਮਹਾਰਾਜ ਜੀ ਨੇ ਕਿਹਾ ਕਿ ਜਿੰਨੇ ਵੀ ਸਾਡੇ 사ਤਸੰਗ ਜਿੱਥੇ ਹੋਇਆ ਕਰਨਗੇ ਉਥੇ ਜਸਵੰਤੀ ਨਿਰਾਤਾਰ ਤਾਂ ਪਹਿਲਾ ਉਹਦੇ ਚੋਂ ਵਾਕ ਲਿਆ ਜਾਏਗਾ ਉਹਦੇ ਨਾਲ 사ਤਸੰਗ ਹੋਇਆ ਕਰਨਗੇ ਇਸ ਦੇ ਨਾਲ ਉਹਨਾਂ ਨੇ ਬਾਬਾ ਜੀ ਸਵਾਨ ਨੂੰ ਕਿਹਾ ਕਿ ਵੀ 사ਤਸੰਗ ਜੋ ਹੈ ਕਿ ਪੜ ਕੇ ਹੋਇਆ ਕਰਨਗੇ ਮਹਾਰਾਜ ਜੀ ਨੇ ਆਪਣੇ ਜੋ ਕੀਤੇ ਹੋਏ 사ਸੰਗ ਸੀ ਉਹ ਚ 52 52 사ਸੰਗ ਜੋ ਹੈ ਉਹਨਾਂ ਨੂੰ ਪੰਜਾਬੀ ਚ ਲਿਖਵਾਇਆ ਉਹਨਾਂ ਨੂੰ ਕਰੈਕਟ ਕੀਤਾ ਤੇ ਉਹ 사ਸੰਗ ਦੀ ਇੱਕ ਬੁੱਕ ਬਣੀ ਹੈ ਮਹਾਰਾਜ ਜੀ ਨੇ ਕਿਹਾ ਕਿ ਬਾਬਾ ਸਬਾਨ ਜਿੱਥੇ ਵੀ ਉਹ ਸਭ ਉਹਦੇ ਚ 사ਸੰਗ ਪੜ੍ਹ ਕੇ ਕਰਿਆ ਕਰਨ ਇਸ ਕਰਕੇ ਨਹੀਂ ਕਿ ਉਹਨਾਂ ਨੂੰ ਆਂਦਾ ਨਹੀਂ ਇਸ ਕਰਕੇ ਨਹੀਂ ਉਹਨਾਂ ਨੂੰ ਪਤਾ ਨਹੀਂ ਨਹੀਂ ਜੇ ਮਹਾਰਾਜ ਜੀ ਨੇ ਉਹਨਾਂ ਨੂੰ ਗੱਦੀ ਬਖਸ਼ੀ ਪੂਰੀ ਤਾਕਤ ਵੀ ਨਾਲ ਦਿੱਤੀ ਰਹਿਮਤ ਵੀ ਕੀਤੀ ਪਰ ਮਹਾਰਾਜ ਜੀ ਨੇ ਕਿਹਾ ਸੀ ਕਿ ਜੋ ਚੀਜ਼ਾਂ ਆਪ ਜੀ ਕਹੋਗੇ ਸ਼ਾਇਦ ਉਹ ਆਪ ਪੂਰਨ ਨਾ ਕਰ ਸਕੋ ਜੋ 사ਸੰਗ ਚ ਕਹੋਗੇ ਜੋ ਅਸੀਂ ਇਹਦੇ ਚ ਕਈਆਂ ਉਹ اٹਲ ਨੇ ਉਹ ਪੂਰਨ ਹੋਣਗੀਆਂ ਇਸ ਕਰਕੇ ਕੋਈ ਗਲਤੀ ਨਹੀਂ ਹੋਏਗੀ ਤੁਹਾਡੇ ਨਾਲ ਕਿਸੇ ਦਾ ਵਾਦ ਵਿਵਾਦ ਆਰਗੂਮੈਂਟ ਨਹੀਂ ਹੋਏਗੀ ਇਸ ਕਰਕੇ ਤੁਸੀਂ 사ਸੰਗ ਜਿਹੜੇ ਇਹ ਪੜ੍ਹ ਕੇ ਕਰਨੇ ਆ ਭਾਵੇਂ ਤੁਹਾਨੂੰ 50 ਵਾਰੀਆਂ ਨੂੰ ਪੜ੍ਹਨਾ ਪਾ ਇਤੋਂ ਬਾਅਦ ਮਹਾਰਾਜ ਜੀ ਨੇ ਇੰਡੀਆ ਹੁਕਮਨਾਮੇ ਵੀ ਭੇਜੇ ਕਿ ਕਿੰਨੂ ਕੀ ਕੀ ਡਿਊਟੀ ਕਰਨੀ ਹੈ ਕਿਹੜੀ ਕਿਹੜੀ ਡਿਊਟੀ ਕਰਨੀ ਹੈ ਸੋ ਜਿਸ ਤਰ੍ਹਾਂ ਕਿ ਕਹਿੰਦੇ ਆ ਕਿ ਇੰਡੀਆ ਚੋਂ ਲੋਕੀ ਬਾਹਰ ਆਂਦੇ ਨੇ ਇੱਥੇ ਕਮਾਈ ਕਰਦੇ ਨੇ ਤੇ ਪਿੱਛੇ ਭੇਜਦੇ ਨੇ ਆਪਣੇ ਫੈਮਿਲੀ ਵਾਸਤੇ ਪਰਿਵਾਰ ਵਾਸਤੇ ਉਹਨਾਂ ਨੂੰ ਕਿ ਉਹਨਾਂ ਦਾ ਚੱਲਦਾ ਰਵੇ ਸੈਟਲਮੈਂਟ ਵਾਸਤੇ ਇਦਾਂ ਹੀ ਸਾਡੇ ਹਜ਼ੂਰ ਮਹਾਰਾਜ ਜੀ ਨੇ ਤੇ ਦਿਨ ਰਾਤ ਮਿਹਨਤ ਕੀਤੀ ਤੇ ਇਤੋਂ ਹਰ ਮਹੀਨੇ ਪਤਨੀ ਦੋ ਵਾਰੀ ਕਹਿ ਲੋ ਜਾਂ ਤਿੰਨ ਵਾਰੀ ਜਾਂ ਇੱਕ ਵਾਰੀ ਇੰਡੀਆ پیسے ਭੇਜੇ ਜਾਂਦੇ ਸੀਗੇ ਤਾਂ ਕਿ ਇੰਡੀਆ ਦੀ ਜਿਹੜੀ ਹੈ ਮਿਸ਼ਨ ਚੱਲਦਾ ਰਹੇ ਇਹ ਸਾਡਾ ਦਾਤਾ ਇੱਥੇ ਕਰਦਾ ਸੀ ਅੱਜ ਦੇ ਲਈ ਮੈਂ ਇੰਨਾ ਹੀ ਕਿਉਂਕਿ ਲੰਬਾ ਹੋ ਜਾਣਾ ਇੱਕ ਤੋਂ ਬਾਅਦ ਫਿਰ ਆਪ ਜੀ ਨੂੰ ਬਾਕੀ ਦੱਸਾਂਗਾ ਕਿ ਹੋਰ ਐਕਟੀਵਿਟੀਆਂ ਮਹਾਰਾਜ ਜੀ ਦੀਆਂ ਇੱਥੇ ਕਿਸ ਤਰ੍ਹਾਂ ਸੀ ਇਹ ਜੋ ਮੈਂ ਆਪ ਜੀ ਨੂੰ ਕਿਹਾ ਇਹ ਜੋ ਮੈਂ ਦੇਖਿਆ ਔਰ ਜੋ ਹਯੂਰ ਮਹਾਰਾਜ ਜੀ ਨੇ ਕੀਤਾ ਮੈਂ ਉਹ ਤੈਨੂੰ ਵਿਖਿਆਨ ਕੀਤਾ ਥੋੜਾ ਅੱਗੇ ਪਿੱਛੇ ਸੈਂਟੈਂਸ ਜਾਂ ਕੁਝ ਹੋ ਸਕਦਾ ਪਰ ਜੋ ਮੈਂ ਆਪ ਜੀ ਨੂੰ ਕਿਹਾ ਅੱਜ ਦੱਸਿਆ ਇਹ ਮੈਂ ਕੋਈ ਵਡਿਆਈ ਚ ਨਹੀਂ ਦੱਸਿਆ ਜੋ ਮਹਾਰਾਜ ਜੀ ਕਰਿਆ ਕਰਦੇ ਸੀ ਜੋ ਮਹਾਰਾਜ ਜੀ ਨੇ ਇੱਥੇ ਕੀਤਾ ਉਹ 3 ਸਾਲ ਲਾਸਟ ਜਿਹੜੇ ਉਹ ਆਪ ਜੀ ਨੂੰ ਵਿਖਿਆਨ ਕਰ ਰਿਹਾ ਕਿ ਮਹਾਰਾਜ ਜੀ ਦੀ ਐਡਮਿਨਿਸਟ੍ਰੇਸ਼ਨ ਕਿੰਨੀ ਤਗੜੀ ਹੁੰਦੀ ਸੀਗੀ ਔਰ ਉਹਨਾਂ ਨੂੰ ਕਿੰਨੀ ਜ਼ਿਆਦਾ ਵਿਜ਼ਨ ਸੀ ਕਿ ਮਿਸ਼ਨ ਸਪੈਸ਼ਲੀ ਹੈ ਹੀ ਹੈ ਪਰ ਇਹਨੂੰ ਐਡਮਨਿਸਟ੍ਰੇਸ਼ਨ ਅੱਗੇ ਕਿਦਾਂ ਲਿਜਾਇਆ ਜਾਵੇ ਇਥੋਂ ਤੱਕ ਕਿ ਆਪਣੀ ਪ੍ਰੈਸ ਪ੍ਰਿੰਟਿੰਗ ਪ੍ਰੈਸ ਵੀ ਡੇਰੇ ਚ ਮਹਾਰਾਜ ਜੀ ਨੇ ਲਵਾਈ ਸੀ ਕਿ ਅਸੀਂ ਪੇਪਰ ਛਾਪੀਏ ਅਸੀਂ ਇੱਥੇ ਬੁੱਕਾਂ ਛਾਪੀਏ ਔਰ ਜਿਹੜਾ ਪੇਪਰ ਸੀਗਾ ਹਰ ਗੁਰਦੁਆਰੇ ਹਰ ਮੰਦਰ ਹਰ ਧਰਮ ਸਥਾਨ ਤੇ ਭੇਜਿਆ ਜਾਂਦਾ ਸੀ ਫ੍ਰੀ ਪੋਸਟ ਕੀਤਾ ਜਾਂਦਾ ਸੀ ਇਹ ਦੇਖੋ ਲੋਕ ਉਸ ਟਾਈਮ ਤੇ 86 87 ਦੇ ਵਿੱਚ ਯਾਹ ਜੀ ਅੰਦਾਜ਼ਾ ਲਗਾ ਸਕਦੇ ਹੋ ਕਿ ਮਹਾਰਾਜ ਜੀ ਨੇ 3 ਸਾਲ ਕਿੰਨੀ ਜ਼ਿਆਦਾ ਮਿਹਨਤ ਕੀਤੀ ਇੰਗਲੈਂਡ ਦੇ ਵਿੱਚ ਮਿਸ਼ਨ ਨੂੰ ਖੜ੍ਹਾ ਕਰਨ ਵਾਸਤੇ ਅੱਜ ਦੇ ਲਈ ਇਨਾਈ ਅਗਰ ਮੇਰੇ ਕੋ ਕੋ ਗਲਤੀ ਹੋ ਗਈ ਹੋਏ ਕਿਸੇ ਲਈ ਮਾੜਾ ਕਿਹਾ ਗਿਆ ਹੈ ਗਲਤ ਕਿਹਾ ਗਿਆ ਹੈ ਤੇ ਮੈਂ ਮਾਫੀ ਚਾਹੁੰਦਾ ਨਾਨਕ ਨਾਮ ਚੜਤੀ ਕਲਾ ਤੇਰੇ ਬਾਣੇ ਸਰਬੰਦਾ ਪਲਾ ਧੰ ਗੁਰਦਸ਼